ਲੈ ਵਧੀਆ ਹੋ ਗਿਆ ਮੇਰੇ ਵਾਲੀ ਸੱਸ ਦਾ ਤਾਂ ਵਧੀਆ ਕੰਮ ਨਿਬੜਿਆ ਮੇਰੀ ਤਾਂ ਉਹਨੇ ਉਹੀ ਗੱਲ ਨੌਕਰਾਂ ਵਾਲੀ ਜੂਨ ਬਣਾ ਰੱਖੀ ਸੀਗੀ ਕਦੇ ਆਹ ਕਰ ਲਾ ਕਦੇ ਆਹ ਕਰ ਲਾ ਕੋਈ ਲੀੜਾ ਨਾ ਚੱਜ ਦਾ ਪਾਉਣ ਦਿੰਦੀ ਕਿਤੇ ਆਉਣ ਜਾਣ ਨਾ ਦਿੰਦੀ ਕੁਛ ਨਹੀਂ ਸੀ ਮਾਂ ਦੀ ਧੀ ਕਰਨ ਦਿੰਦੀ ਆ ਵਧੀਆ ਹੁਣ ਸੁੱਖ ਸ਼ਾਂਤੀ ਆ ਕੁਛ ਮਰਜ਼ੀ ਕਰੀ ਚਲੋ ਕੋਈ ਰੋਕ ਟੋਕ ਨਹੀਂ ਅਸੀਂ ਦੇਖ ਲਾ ਆਖੇ ਮੈਂ ਲੈਣੀ ਆ ਵਰਨਾ ਗੱਡੀ ਮੇਰੇ ਪੇਕਿਆਂ ਨੂੰ ਇੰਨਾ ਤਪਾਇਆ ਉਹੀ ਗੱਲ ਰੱਬ ਨੇ ਪੱਕੀ ਵਰਨਾ ਤੇ ਚੜਾਤੀ ਤੇ ਹੁਣ ਮੁੜ ਕੇ ਵੀ ਨਹੀਂ ਆਉਂਦੀ ਇਹੋ ਜਿਹੇ ਟੂਰ ਤੇ ਗਈ ਹੋਈ ਹੈਗੀ ਤਾਂ ਹਰਪ੍ਰੀਤ ਹੋਰਾਂ ਨੇ ਫੋਨ ਫਾਨ ਹੀ ਨਹੀਂ ਲਾਇਆ ਹੈਗਾ ਉਹਦੇ ਦਾ ਹੈਲੋ ਹੈਲੋ ਰਾਜਵੀਰ ਸਤਿ ਸ੍ਰੀ ਅਕਾਲ ਭਾਬੀ ਸਤਿ ਸ੍ਰੀ ਅਕਾਲ ਵੀ ਹੋ ਠੀਕ ਹੈ ਮੈਂ ਯਾਦ ਹੀ ਕਰੀ ਜਾਂਦੀ ਸੀ ਤੁਹਾਨੂੰ ਹਾਂ ਤੂੰ ਤਾਂ ਯਾਦ ਹੀ ਕਰਦੀ ਹੋਇਆ ਕਰ ਹੁਣ ਤਾਂ ਮੌਜਾਂ ਮਾਰਦੀ ਆਂ ਬਥੇਰੀਆਂ ਮੌਜਾਂ ਮਾਰਦੀ ਆਂ ਮੈਂ ਤਾਂ ਕਦੇ ਸੋਚਿਆ ਨਹੀਂ ਸੀਗਾ ਵੀ ਜ਼ਿੰਦਗੀ 'ਚ ਮੇਰੀ 'ਚ ਇੰਨੀ ਐਸ਼ ਹੋਊਗੀ ਅੱਛਾ ਹਾਂ ਇਹੋ ਜਿਹੀ ਦੇਖ ਲਾ ਉਹੀ ਗੱਲ ਆ ਇਹੋ ਜਿਹੀ ਸਾਡੀ ਬੁੜੀ ਗੱਡੀ ਚੜੀ ਉਦੋਂ ਬਾਅਦ ਵਧੀਆ ਹੁਣ ਮੈਂ ਤਾਂ ਪੂਰੀ ਸੌਖੀ ਆਪਦੀ ਮਰਜ਼ੀ ਨਾਲ ਤੜਕੀ ਸਵੇਰੀ ਕੰਮ ਧੰਦਾ ਨਿਮੇੜ ਕੇ ਨਾ ਧੋ ਕੇ ਵਧੀਆ ਆਪਦੇ ਘਰੇ ਮੌਜਾਂ ਕਰਦੀ ਆਂ ਚਲ ਉਹ ਤਾਂ ਹੈ ਹੀ ਚਲ ਫੇਰ ਵੀ ਰਾਜਵੀਰ ਵੱਡੇ ਬੰਦੇ ਦਾ ਸਹਾਰਾ ਹੁੰਦਾ ਹੈ ਚਲ ਆਪਾਂ ਕਹੀ ਤਾਂ ਜਾਂਦੇ ਆਂਗੇ ਤੰਗ ਤਾਂ ਚਲ ਕਰਦੀ ਸੀ ਚਲ ਫੇਰ ਵੀ ਸੁੱਖ ਤਾਂ ਤੈਨੂੰ ਸੀਗੀ ਬੈਠੀ ਦਾ ਲੈ ਉਹਦਾ ਕਾਹਦਾ ਸੁੱਖ ਸੀ ਮੈਨੂੰ ਉਹਦਾ ਤਾਂ ਦੁੱਖ ਹੀ ਦੁੱਖ ਸੀਗਾ ਉਹੀ ਗੱਲ ਜਦੋਂ ਆਥਣ ਤੜਕੇ ਤਾਂ ਛਿੱਤਰ ਪਵਾਉਂਦੀ ਸੀ ਪੇਕਿਆਂ ਨੂੰ ਚੰਗਾ ਮਾੜਾ ਬੋਲਦੀ ਸੀਗੀ ਸੌ ਕੁਛ ਕਰਦੀ ਸੀ ਨਗੋਚਾਂ ਕਰਦੀ ਸੀ ਰੋਟੀ ਪਾਣੀ ਚ ਬੈੜੀ ਸੀ ਨਾ ਜੇ ਉਹਦੀ ਗੱਲ ਜੀ ਬੋਲੀ ਚੱਜਦੀ ਹੁੰਦੀ ਉਹਦੀ ਤੰਗ ਤੈਨੂੰ ਨਾ ਕਰਦੀ ਫਿਰ ਕਾਹਨੂੰ ਰੱਬ ਲੈ ਕੇ ਜਾਂਦਾ ਰੱਬ ਨੇ ਵੀ ਦੇਖ ਹੀ ਲਿਆ ਜਦੋਂ ਫਿਰ ਮੇਰੀ ਗੱਲ ਸੁਣ ਭਾਬੀ ਕਿਸੇ ਨੂੰ ਦੁਖੀ ਕਰੂਗੀ ਮੈਨੂੰ ਤਾਂ ਦੁਖੀ ਕਰੀ ਜਾਵੇ ਚੱਲ ਕੋਈ ਗੱਲ ਨਹੀਂ ਹਨਾ ਗਾਹਾਂ ਮੇਰੇ ਪੇਕਿਆਂ ਨੂੰ ਦੁਖੀ ਕਰਨਾ ਬੰਦੇ ਨੂੰ ਦੇਖ ਲਾ ਮਾੜਾ ਜਿਹਾ ਸੋਚ ਕੇ ਚੱਲਣਾ ਚਾਹੀਦਾ ਤੇਰੇ ਸਾਹਮਣੇ ਦਿਨ ਥੋੜੀ ਪਏ ਨੇ ਹੋਰ ਚੱਲ ਕੋਈ ਨਹੀਂ ਫਿਰ ਭਈ ਜਿਵੇਂ ਉਹੀ ਗੱਲ ਜਿਵੇਂ ਕਰਨੀ ਹੁੰਦੀ ਓਵੇਂ ਬੰਦਾ ਭਰ ਲੈਂਦਾ ਜਿਹੋ ਜਿਹਾ ਕਰਦਾ ਫਿਰ ਕਿਸੇ ਨਾ ਐਡੀ ਸੜੀ ਬੁੜੀ ਸੀ ਨਾ ਐਡੀ ਚੰਦਰੀ ਉਹਦੀਆਂ ਤਾਂ ਕੁੜੀਆਂ ਨੇ ਤੇ ਜਮਾਂਗਾਂ ਨੇ ਵੀ ਦੁੱਖ ਨਹੀਂ ਕਰਿਆ ਹੈਗਾ ਚੱਲ ਐਂ ਤਾਂ ਆਪਾਂ ਮੈਂ ਤੇਰੇ ਕੋਲੇ ਮੂੰਹ ਤੇ ਕਹਿ ਦੇਣ ਵੀ ਦੁੱਖ ਨਹੀਂ ਦੇਖ ਮਾਂ ਦਾ ਦੁੱਖ ਤਾਂ ਹੁੰਦੀ ਹੈ ਧੀਆਂ ਨੂੰ ਤਾਂ ਇਹ ਤਾਂ ਕਿਹੜੀ ਗੱਲ ਆ ਵੀ ਦੁੱਖ ਨਹੀਂ ਕੁੜੀ ਨੇ ਲਾਇਆ ਸੀ ਮੇਰੇ ਕੋਲੇ ਫੋਨ ਸੋਡੀ ਨੇ ਵੱਡੀ ਨੇ ਅੱਛਾ ਬਲਾਈ ਰੋਂਦੀ ਸੀ ਵਿਚਾਰੀ ਕਹਿੰਦੀ ਹੁਣ ਅਸੀਂ ਰਾਜਵੀਰ ਨੂੰ ਕੁਝ ਕਹਿ ਵੀ ਨਹੀਂ ਸਕਦਾਂ ਵੀ ਉਹਨੂੰ ਤਾਂ ਤੰਗ ਵਾਲਾ ਕਰਦੀ ਸੀ ਅੱਛਾ ਨਾ ਮੇਰੇ ਕੋਲੇ ਤਾਂ ਕੋਈ ਗੱਲ ਨਹੀਂ ਕਰੀ ਹੈਗੀ ਉਹਨਾਂ ਨੇ ਮੈਨੂੰ ਤਾਂ ਕਹਿੰਦੀਆਂ ਚੱਲ ਕੋਈ ਨਹੀਂ ਭਾਈ ਹੁੰਦੀਆਂ ਰਹਿੰਦੀਆਂ ਚੱਲ ਜਿਵੇਂ ਲੋਕ ਹਨਾ ਉਹੀ ਗੱਲ ਮਾਂ ਪਿਓ ਆਉਂਦਾ ਗੱਲ ਉਹ ਕਹਿੰਦੇ ਉਹਨੂੰ ਦੁਖੀ ਵਾਲਾ ਕਰਦੀ ਸੀ ਕਹਿੰਦੀਆਂ ਹੁਣ ਕਈ ਕਹੀਏ ਵੀ ਉਸੇ ਨਾਲ ਹੀ ਪੇਕ ਕੇ ਆਉਣ ਸਾਡੇ ਅੱਛਾ ਫਿਰ ਤਾਂ ਨਹੀਂ ਕਿਹਾ ਮੈਨੂੰ ਕੁਛ ਫਿਰ ਬਾਕੀ ਸਾਰੇ ਮੇਰੀ ਗੱਲ ਸੁਣ ਭਾਬੀ ਮੈਨੂੰ ਕਹਿਣਗੀਆਂ ਵੀ ਕਿਵੇਂ ਮੇਰੇ ਨਾਲ ਕੋਈ ਲੜੀ ਨਹੀਂ ਬੋਲੀ ਨਹੀਂ ਉਹੀ ਗੱਲ ਇਹ ਤਾਂ ਭਈ ਰੱਬ ਦੀ ਖੇਡ ਸੀ ਹੁਣ ਜਿਵੇਂ ਉਹੀ ਗੱਲ ਹੋਣਾ ਸੀ ਹੋ ਗਿਆ ਹਾਂ ਐਂ ਤਾਂ ਫਿਰ ਹੋ ਹੀ ਜਾਂਦਾ ਹੁਣ ਉਹ ਇੱਕੇ ਲਗਤ ਹੋ ਗਿਆ ਨਾ ਜਦੋਂ ਗੱਡੀ ਰੱਖ ਕੇ ਆਉਣੀ ਇੱਕੇ ਲਗਤ ਬਸ ਹੌਂਕਾ ਖਿੱਚ ਗਈ ਉਹਦੇ ਜਿਹਦੇ ਵੱਡੇ ਪ੍ਰਾਹੁਣੇ ਨੇ ਫੋਨ ਲਾਇਆ ਬਾਈ ਨੇ ਤੇ ਉਹਦੇ ਦਾ ਹੌਂਕਾ ਇਹ ਜਿਹਾ ਲਿਆ ਉਹਨੇ ਉਦੋਂ ਬਾਅਦ ਤਾਂ ਕਈ ਦਿਨ ਰੋਟੀ ਨਹੀਂ ਖਾਧੀ ਚੱਜ ਨਾਲ ਮੈਂ ਤਾਂ ਆਖਾਂ ਚੱਲ ਉਹੀ ਢੰਗ ਜੇ ਕਰੀ ਜਾਂਦੀ ਆ ਠੀ ਮੰਜੇ ਤੇ ਪੈਗੀ ਚੰਦਰੀ ਹਾਂ ਵੀ ਤੂੰ ਦਾ ਤੈਨੂੰ ਤਾਂ ਦੇਖ ਲਾ ਚੌੜ ਚ ਕਿਹਾ ਸੀ ਤੂੰ ਤਾਂ ਐਡਾ ਵੱਡਾ ਹੌਂਕਾ ਲੈਗੀ ਨਾ ਜਿਨ੍ਹਾਂ ਨੂੰ ਤੂੰ ਉਹਨਾਂ ਦੇ ਕਾਲਜ ਤੇ ਹੱਥ ਧਰ ਕੇ ਦੇਖ ਜਿਨ੍ਹਾਂ ਨੂੰ ਤੂੰ ਸੱਚੀ ਮਿੱਚੀ ਮੰਗਦੀ ਸੀ ਸਮਾਨ ਸਾਰਾ ਉਹ ਫਿਰ ਆਪਦੇ ਵੇਲੇ ਬੰਦੇ ਨੂੰ ਦੁੱਖ ਆਉਂਦਾ ਨਾ ਦੂਜੇ ਵੇਲੇ ਕੌਣ ਦੇਖਦਾ ਹਾਂ ਦੂਜੇ ਵੇਲੇ ਉਹੀ ਗੱਲ ਪ੍ਰਮਾਤਮਾ ਨੇ ਦੇਖ ਲਈ ਤੇ ਉਹੀ ਗੱਲ ਚੜਾਤੀ ਵਰਨਾ ਤੇ ਮੰਗਦੀ ਸੀ ਗੱਡੀ ਵਰਨਾ ਦੀ ਵਰਨਾ ਦੀ ਚੜ ਗਈ ਫਿਰ ਭਾਈ ਹੁਣ ਅਸੀਂ ਕਿਹੜਾ ਉਹੀ ਗੱਲ ਕਦੇ ਸੋਚਿਆ ਸੀ ਰਾਜਵੀਰ ਵੀ ਆਇਆ ਹੋਵੇ ਤੇਰੀ ਸੱਸ ਨਾਲ ਅਸੀਂ ਤਾਂ ਆਖਿਆ ਸੀ ਵੀ ਚੱਲ ਕੋਈ ਨਹੀਂ ਮਾੜਾ ਹੀ ਉਹੀ ਗੱਲ ਆਪਾਂ ਕਹਾ ਦਾਨੇ ਉਹਨਾਂ ਤੋਂ ਆਪਾਂ ਨੂੰ ਕਿਹੜਾ ਪਤਾ ਸੀ ਜੇ ਐ ਪਤਾ ਹੁੰਦਾ ਨਾ ਹੀ ਕਹਿੰਦੇ ਉਹਨਾਂ ਨੂੰ ਆਪੇ ਚੁੱਪ ਕਰ ਲੈ ਕੁਛ ਨਹੀਂ ਹੁੰਦਾ ਐਵੇਂ ਨਾ ਤੁਸੀਂ ਬਾਹਲੀ ਟੈਨਸ਼ਨ ਲਿਆ ਕਰੋ ਤੇ ਮੈਂ ਦੇਖਦੀ ਹਾਂ ਕਿਸੇ ਰਿਸ਼ਤੇਦਾਰ ਨੂੰ ਲਾਉਣੀ ਆ ਫੋਨ ਜੇ ਕੋਈ ਵਿਹਲਾ ਹੋਇਆ ਤਾਂ ਆਜੂਗਾ ਮੇਰੇ ਕੋਲੇ 4 ਦਿਨ ਮੈਂ ਤੂੰ ਛੋਟੀ ਮਾਸੀ ਨੂੰ ਸੱਦ ਲੈਣਾ ਮਾਸੀ ਕੀ ਕਰਦੀ ਹੈ ਕਿ ਮਾਸੀ ਹੁਣ ਵਿਹਲੀ ਹੈ ਦਿਵਾਲੀ ਨਾਂਗੀ ਜਿਹੇ ਜੀ ਤਾਂ ਮੇਰੀ ਗੱਲ ਸੁਣ ਬੇਬੇ ਘਰੇ ਆ ਗਈ ਉਹੇ ਜੀ ਮਾਸੀ ਆ ਗਈ ਮਾਸੀ ਤਾਂ ਆਪ ਬੇਬੇ ਨਾਲ ਦੀ ਆ ਜਮਾ ਚੱਲ ਕੋਈ ਨਹੀਂ ਫਿਰ ਤੈਨੂੰ ਸਹਾਰਾ ਤਾਂ ਹੁੰਦੀ ਹੈ ਵੱਡੇ ਬੰਦੇ ਦਾ ਹੁਣ ਬਾਈ ਤਾਂ ਡਿਊਟੀ ਵਗ ਜਾਂਦਾ ਤੂੰ ਕੱਲੀ ਜਾਣੀ ਰਹਿਨੀ ਉਹ ਤਾਂ ਸਨੇਹੀ ਵਗ ਜਾਂਦਾ ਮੇਰੇ ਆਉਂਦਾ ਚੱਲ ਕੋਈ ਨਹੀਂ ਫਿਰ ਮੈਂ ਕਰਦੀ ਆ ਫੋਨ ਜੇ ਤਾਂ ਰਹੀ ਮੇਰੇ ਨਾਲ ਵਧੀਆ ਫਿਰ ਤਾਂ ਮੈਂ ਇੱਥੇ ਰੱਖ ਲੂੰਗੀ ਆਪਦੇ ਚੁੱਲ੍ਹੇ ਤੇ ਜੇ 3-5 ਜੀ ਕਰਨ ਲੱਗੀ ਫਿਰ ਮੈਂ ਤਾਂ ਬਸ ਚੜਾ ਦੂੰਗੀ ਨਾ ਨਾ ਤੂੰ ਐ ਨਾ ਕਰੀ ਕੋਈ ਨੀ ਤੂੰ ਵੜਿਆ ਕੇ ਰੱਖ ਲਈ ਉਹਨੂੰ ਵੱਡਾ ਬੰਦਾ ਤਾਂ ਉਹੀ ਗੱਲ ਬੋਲਦੀ ਹੁੰਦਾ ਐ ਦਾ ਹੁਣ ਉਹ ਕਹੂਗੀ ਵੀ ਭਾਈ ਮੇਰੀ ਭੈਣ ਤਾਂ ਸਾਮੀ ਨਹੀਂ ਸੋ ਅਗਲੀ ਤਾਨੇ ਮਾਰਦੀ ਹੁੰਦੀ ਫਿਰ ਸਾਮਣ ਨੂੰ ਕਿਹੜਾ ਭਾਬੀ ਉਹ ਬਿਮਾਰ ਸੀਗੀ ਕੋਈ ਉਹੀ ਗੱਲ ਸੁੱਖ ਨਾ ਵਧੀਆ ਰੋਟੀ ਪਾਣੀ ਖਾਂਦੀ ਸੀ ਤੁਰੀ ਫਿਰਦੀ ਸੀਗੀ ਉਹਨੂੰ ਕਿਹੜਾ ਆਏ ਆ ਵੀ ਮੈਂ ਬਿਮਾਰ ਪਈ ਸੀਗੀ ਸਾਮਣੇ ਨਹੀਂ ਮੈਂ ਤਾਂ ਤੈਨੂੰ ਉਹ ਦੇਖ ਕਹੂਗੀ ਹਾਂ ਤੇਰੇ ਕਾਰਨ ਮੇਰੀ ਭੈਣ ਮਰੀ ਹੈ ਕੁਛ ਮਰਜ਼ੀ ਕਹੀ ਜਾਵੇ ਜੇ ਤੂੰ ਮਾਸੀ ਨੂੰ ਸੱਦੇਂਗੀ ਤੈਨੂੰ ਸੁਣਨੀਆਂ ਪੈਣਗੀਆਂ ਚੱਲ ਸੁਣ ਲੂੰਗੀ 2 ਦਿਨ ਇਹੋ ਜਿਹੀ ਗੱਲ ਨਹੀਂ ਹੈਗੀ ਫਿਰ ਮੇਰੀ ਗੱਲ ਸੁਣ ਕੋਲੇ ਆ ਜਾ ਭਾਈ ਅਸੀਂ ਲੈ ਜਾਂਦੇ ਆ ਨਾ ਭਾਬੀ ਹੁਣ ਘਰ ਛੱਡ ਕੇ ਤਾਂ ਨਹੀਂ ਦੇਖ ਮੈਂ ਆਉਂਦੀ ਹੈਗੀ ਹਾਂ ਲੋਕ ਐਂ ਕਹਿਣਗੇ ਵੀ ਸੱਸ ਕੀ ਤੁਰ ਗਈ ਹੈ ਹੁਣ ਆਏ ਤੁਰੀ ਫਿਰਦੀ ਹੈ ਚੱਲ ਫਿਰ ਉਹੀ ਗੱਲ ਅਸੀਂ ਵੀ ਤੇਰੇ ਘਰ ਦੇ ਮਾਰੀ ਅਸੀਂ ਕਹਿੰਦੇ ਆ ਵੀ ਸੌ ਭੈਣ ਭਾਈ ਘਰੇ ਆ ਜਾਂਦਾ ਕਈ ਵਾਰੀ ਕੋਈ ਆ ਕਰ ਜਾਂਦਾ ਫਿਰ ਐਵੇਂ ਤੈਨੂੰ ਪਤਾ ਭੈੜਾ ਲੱਗਦਾ ਅਗਲਾ ਹੋਰ ਚੱਲ ਕੋਈ ਨਹੀਂ ਮੈਂ ਇਹਦਾ ਵੀ ਔਖਾ ਵਿਚਾਰੇ ਦਾ ਮਾਸੀ ਨੂੰ ਮੈਂ ਲਾ ਕੇ ਦੇਖਦੀ ਆ ਫੋਨ ਆ ਚੰਗਾ ਚੰਗਾ ਠੀਕ ਹੈ ਠੀਕ ਹੈ।
ਲੱਕੀ ਗੱਲ ਸੀਗੀ, ਘਰੇ ਵੀ ਤਾਂ ਗੱਡੀ ਖੜੀ ਰਹਿੰਦੀ ਹੈਗੀ, ਉਹ ਜੇ ਭੈਣ ਨੂੰ ਦੇ ਦਿੰਦੇ ਕੀ ਗੱਲ ਸੀ, ਆਪਾਂ ਫੇਰ ਲੈ ਲੈਂਦੇ। ਹਰਪ੍ਰੀਤ ਹਾਂ, ਉਹ ਮੇਰੇ ਤਾਂ ਨਾ ਸਾਰਾ ਦਿਨ ਮਨ 'ਚ ਇੱਕੋ ਹੀ ਗੱਲ ਆਈ ਜਾਂਦੀ ਹੈ, ਕਿਵੇਂ ਵੀ ਰਾਜਵੀਰ ਦੀ ਸੱਸ ਵਿਚਾਰੀ ਗੱਡੀ ਗੱਡੀ ਕਰਦੀ ਮਰ ਗਈ, ਜੇ ਆਪਾਂ ਗੱਡੀ ਦੇ ਦਿੰਦੇ। ਉਹ ਖਬਰ ਹੈ ਬੁੜੀ ਦੀ ਉਮਰ ਹੀ ਵੱਡੀ ਹੋ ਜਾਂਦੀ ਵਿਚਾਰੀ ਦੀ। ਉਹ ਉਮਰ ਕਿੱਥੇ ਵੱਧਦੀ ਹੁੰਦੀ ਆ, ਉਮਰ ਤਾਂ ਉਨੀ ਹੁੰਦੀ ਹੈ ਜਿੰਨੀ ਰੱਬ ਦੇਵੇ ਬੰਦੇ ਨੂੰ। ਬੁੜੀ ਦੀ ਉਮਰ ਤਾਂ ਉਹੀ ਪੂਰੀ ਹੋਈ ਪਈ ਸੀ, ਗੱਡੀ ਦਾ ਤਾਂ ਐਵੇਂ ਬਹਾਨਾ ਬਣ ਗਿਆ, ਨਾਲੇ ਜਿਵੇਂ ਕਹਿੰਦੇ ਹੁੰਦੇ ਆ ਰੱਬ ਬਹਾਨੇ ਤੋਂ ਬਿਨਾਂ ਤਾਂ ਲੈ ਕੇ ਨਹੀਂ ਜਾਂਦਾ ਬੰਦੇ ਨੂੰ। ਉਹ ਤਾਂ ਤੇਰੀ ਮੈਂ ਗੱਲ ਮੰਨਦਾ, ਉਹ ਜੇ ਆਪਾਂ ਗੱਡੀ ਦੇਣ ਦੇ ਵਿਚਾਰੀ ਨੂੰ ਮੰਨ ਨੂੰ ਤਾਂ ਐਂ ਤਾਂ ਹੋ ਜਾਂਦਾ ਵੀ ਸਾਡੇ ਕੋਲੇ ਵੀ ਗੱਡੀ ਹੈ, ਆਪਾਂ 6 ਮਹੀਨੇ ਮਗਰੋਂ ਲੈ ਲੈਂਦੇ, ਕੀ ਗੱਲ ਸੀ ਹੁਣ ਆਪਾਂ ਨੂੰ ਕਿਹੜਾ ਪਤਾ ਸੀ ਫਿਰ ਬੁੜੀ ਐਂ ਮਰ ਜੂਗੀ। ਹਾਂ ਕਿੱਡਾ ਟਾਈਮ ਆਇਆ ਪਿਆ, ਬੁੜੀ ਦਾ ਕਿੱਡਾ ਵੱਡਾ ਸਹਾਰਾ ਸੀਗਾ ਮੇਰੀ ਭੈਣ ਨੂੰ, ਉਹ ਆਪਣੀ ਭੈਣ ਦੇ ਖਿਲਾ ਕੇ 5-4 ਦਿਨ ਆਪਣੇ ਕੋਲੇ ਲਾ ਜਾਂਦੀ, ਉਹਦਾ ਤਾਂ ਹੁਣ ਘਰ ਜੋਗੀ ਰਹਿ ਗਈ ਵਿਚਾਰੀ। ਘਰ ਜੋਗੀ ਤਾਂ ਰਹਿ ਗਈ, ਮੈਂ ਤੈਨੂੰ ਦੱਸਾਂ ਆਪਣੀ ਗੱਡੀ ਨਾਲ ਨਹੀਂ ਬੁੜੀ ਨੂੰ ਇੰਨਾ ਫਰਕ ਪਿਆ, ਬੁੜੀ ਨੂੰ ਫਰਕ ਪਿਆ ਜਦੋਂ ਉਹਦੀ ਜਮਾਈ ਨੇ ਐਂ ਕਹਿਤਾ ਵੀ ਮੈਂ ਕੁੜੀ ਨੂੰ ਛੱਡ ਕੇ ਜਾਣਾ। ਉਹ ਇੱਕੇ ਲਗਤ ਹੌਂਕਾ ਖਿੱਚ ਗਈ ਬੁੜੀ, ਆਪਦੀਆਂ ਧੀਆਂ ਪੁੱਤਾਂ ਦਾ ਹੋ ਹੀ ਜਾਂਦਾ ਵੀ ਆਹ ਕੀ ਹੋ ਗਿਆ ਚਾਂਸ ਜਾ। ਨਾਲੇ ਉਹਨਾਂ ਨੇ ਗੱਡੀ ਐਦੋਂ ਵੀ ਬਾਲੀ ਵੱਡੀ ਗੱਡੀ ਮੰਗ ਲਈ, ਹੋਰ ਹੁਣ ਉਹਨੂੰ ਸਦਮਾ ਹੋ ਗਿਆ ਵੀ ਦਿੱਤੀ ਜਾਣੀ ਸੀ, ਸਦਮਾ ਹੋ ਗਿਆ ਵੀ ਮੇਰੀ ਕਦੇ ਧੀ ਨੂੰ ਉਹ ਛੱਡੀ ਨਾ ਦੇਣ, ਉਹਦੇ ਮਨ 'ਚ ਤਾਂ ਆਹ ਗੱਲ ਹੋ ਗਈ। ਆਪਾਂ ਨੂੰ ਹੁਣ ਕਿਹੜਾ ਪਤਾ ਸੀ ਵੀ ਬੁੜੀ ਨਾ ਐ ਬੀਤੂਗੀ, ਆਪਾਂ ਤਾਂ ਨਾ ਕਹਿੰਦੇ ਕੁੜੀ ਨੂੰ ਚੱਲ ਆਪਾਂ ਛੱਡੇ ਆਉਂਦੇ ਖੜਾ ਆਉਂਦੇ, ਮਹੀਨਾ 2 ਮਹੀਨੇ ਰੱਖਦੇ ਫਿਰ ਆਪਾਂ ਜਾ ਕੇ ਲੈ ਆਉਂਦੇ। ਉਹ ਨਾਲੇ ਛੱਡ ਪਰੇ ਇਹਨਾਂ ਗੱਲਾਂ ਨੂੰ, ਹਾਂ ਜਿਹੜੀਆਂ ਬੀਤ ਗਈਆਂ ਉਹ ਬੀਤ ਗਈਆਂ, ਉਹ ਮੈਂ ਭੈਣ ਨੂੰ ਲੈਣਾ ਵਾ, 4 ਦਿਨ ਭੈਣ ਲਾ ਜੂ ਇੱਥੇ। ਮੈਂ ਹੁਣੀ ਗੱਲ ਕਰਕੇ ਹਟੀ ਆ ਰਾਜਵੀਰ ਨਾਲ, ਮੈਂ ਉਹਨੂੰ ਪੁੱਛਿਆ ਸੀ। ਮੈਂ ਰਾਜਵੀਰ ਨਾਲ ਫੋਨ ਤੇ ਗੱਲ ਹੋ ਗਈ? ਹਾਂ ਮੈਂ ਲਾਇਆ ਸੀ ਫੋਨ। ਕੀ ਕਹਿੰਦੀ ਸੀ ਭੈਣ? ਭੈਣ ਤਾਂ ਐਂ ਕਹਿੰਦੀ ਸੀ, ਉਹੀ ਗੱਲ ਹੁਣ ਤੈਨੂੰ ਕੀ ਦੱਸਾਂ ਜੇ ਤੈਨੂੰ ਦੱਸ ਦਿਆਂ ਹੁਣ ਮੈਨੂੰ ਦੱਸੇਂਗੀ ਨਹੀਂ, ਹੋਰ ਦੱਸ ਫਿਰ ਕਿਹਨੂੰ ਦੱਸੇਂਗੀ ਤੂੰ? ਉਹ ਤਾਂ ਸਿੱਧਰੀ ਨੂੰ ਚਾਹ ਹੋਇਆ ਪਿਆ ਬੁੜੀ ਮਰੀ ਦਾ, ਉਹ ਤਾਂ ਕਹਿੰਦੀ ਮੈਂ ਤਾਂ ਉਦੋਂ ਦੀ ਮੌਜ ਮਾਰਦੀ ਆ, ਕਹਿੰਦੀ ਜਿੱਦਣ ਦੀ ਮੇਰੀ ਸੱਸ ਮਰੀ ਹੈ ਚਾਹ ਹੋਇਆ ਪਿਆ। ਹੋਰ ਹੁਣ ਕਹਿੰਦੀ ਕਦੇ ਮਰਿਆਂ ਤੋਂ ਵੀ ਚਾਹ ਮਨਾਈਦਾ ਹੁੰਦਾ? ਚਾਹ ਤਾਂ ਉਹ ਐ ਮਨਾਉਂਦੀ, ਉਹ ਕਹਿੰਦੀ ਅੱਗੇ ਗੱਲ ਗੱਲ ਤੇ ਰੋਕ ਟੋਕ ਕਰਦੀ ਸੀ, ਹੁਣ ਮਰਜ਼ੀ ਨਾਲ ਕਹਿੰਦੀ ਸਦੇਹੀ ਆਪਦਾ ਕੰਮ ਨਿਮੇੜ ਕੇ ਸਦੇਹੀ ਹੋ ਕੇ ਬੇਲੀ, ਕਹਿੰਦੀ ਮੈਂ ਤਾਂ ਮੌਜ ਕਰਦੀ ਆ। ਉਹ ਮੇਰੀ ਭੈਣ ਤੋਂ ਉਹ ਗੱਲ ਹੋ ਗਈ, ਉਹ ਕਹਿੰਦੇ ਹੋ ਦਈਆਂ ਤਾਂ ਸੱਸ ਚੰਗੀ ਹੋਵੇ ਜਾਂ ਉਹਦੀ ਫੋਟੋ ਕੰਨ ਤੇ ਟੰਗੀ ਹੋਵੇ। ਹੋਰ ਉਹ ਇਹ ਮੇਰੀ ਗੱਲ ਸੁਣ ਲੈ, ਉਹ ਘਰ ਦਾ ਜੀ ਸੀਗਾ ਫਿਰ ਵੀ ਸੁੱਖ ਨਾ। ਨਹੀਂ ਮੈਂ ਤਾਂ ਆਖਿਆ ਸੀ ਭੈਣ ਨੂੰ ਤੂੰ ਇਹ ਗੱਲ ਜਵਾਬ ਦੇਣਾ ਸੀਗਾ ਵੀ ਜੇ ਤੇਰੀ ਸੱਸ ਹੁੰਦੀ ਹੁਣ ਸਾਡੇ ਕੋਲ ਤਾਂ 4 ਦਿਨ ਲਾ ਜਾਂਦੀ, ਹੁਣ ਦੇਖ ਲੈ ਤੂੰ ਸਾਡੇ ਕੋਲੇ ਵੀ ਨਹੀਂ ਆ ਸਕਦੀ, ਤੈਨੂੰ ਤਾਂ ਸਹਾਰਾ ਸੀਗਾ ਕਮਲੀ ਉਹਦਾ। ਉਹ ਸਹਾਰਾ ਤਾਂ ਸੀਗਾ, ਦੁਖੀ ਕਰਦੀ ਵੀ ਬਾਹਲਾ ਸੀ ਉਹਨੂੰ, ਤਪਾਇਆ ਵੀ ਬਾਹਲਾ ਬੁੜੀ ਨੇ, ਜਿੱਦਾਂ ਦੀ ਗਈ ਹੈ ਸੁੱਖ ਉਹਨੂੰ ਆਉਣੀ ਨਹੀਂ ਦਿੱਤਾ, ਇੱਕ ਦਿਨ ਵੀ ਸੌਖੀ ਨਹੀਂ ਬੈਠਣ ਦਿੱਤਾ। ਉਹ ਦੁਖੀ ਤਾਂ ਮੈਨੂੰ ਵੀ ਪਤਾ ਵੀ ਕਰਦੀ ਸੀ, ਪਰ ਮੂੰਹ ਤੇ ਤਾਂ ਨਹੀਂ ਗੱਲ ਕਹੀ ਜਾਂਦੀ ਹੁੰਦੀ। ਫਿਰ ਉਹਨੇ ਕਿਹੜਾ ਹੁਣ ਉਹਦੀਆਂ ਕੁੜੀਆਂ ਕੋਲੇ ਕਹਿਤਾ, ਉਹਨੇ ਤਾਂ ਮੇਰੇ ਕੋਲ ਹੀ ਕਹੀ ਹੈ। ਉਹ ਮੇਰੀ ਗੱਲ ਸੁਣ ਲੈ, ਅੱਜ ਤਾਂ ਉਹਨੇ ਤੇਰੇ ਕੋਲੇ ਕਿਹਾ, ਕੱਲ ਨੂੰ ਉਹ ਕੁੜੀਆਂ ਕੋਲੇ ਵੀ ਕਹੂ। ਉਹ ਜਦੋਂ ਬੰਦਾ ਨਾ ਕਿਸੇ ਦੀ ਨਿੰਦਿਆ ਚੁਗਲੀ ਕਰਦਾ, ਪਹਿਲਾਂ ਤਾਂ ਉਹ ਘਰੀ ਕਰਦਾ ਹੁੰਦਾ, ਫਿਰ ਉਹ ਬਾਹਰ ਵੀ ਕਿਸੇ ਕੋਲ ਕਰ ਬੈਂਦੇ, ਫਿਰ ਉਹ ਗੱਲ ਚੋਂ ਗੱਲ ਨਿਕਲ ਆਉਂਦੀ ਹੈ, ਫਿਰ ਬੰਦੇ ਨੂੰ ਨੀਵਾਂ ਝੱਕਣਾ ਪੈਂਦਾ। ਚੱਲ ਐਂ ਤਾਂ ਮੈਂ ਸਮਝਾ ਵੀ ਦੇਊਂਗੀ, ਆਪਾਂ ਜਾ ਆਵਾਂਗੇ ਕਦੇ ਮਾਰ ਆਵਾਂਗੇ ਗੇੜਾ ਉਹਦੇ ਕੋਲੇ, ਤੇ ਮੈਂ ਤਾਂ ਉਹਨੂੰ ਐਂ ਆਖਿਆ ਸੀ ਮੈਂ ਤੇਰੀਆਂ ਨਣਦਾਂ ਤੇਰੇ ਕੋਲੇ ਤਾਂ ਕਹਿੰਦੀ ਮੇਰੇ ਕੋਲੇ ਤਾਂ ਕੁਛ ਨਹੀਂ ਬੋਲਦੀਆਂ, ਮੈਂ ਤੇਰੇ ਕੋਲੇ ਤਾਂ ਉਹੀ ਗੱਲ, ਤੇਰੇ ਨਾਲ ਤਾਂ ਕਮਲਗੀ ਪੇਕੇ ਆ ਉਹਨਾਂ ਦੇ ਤਾਂ ਨਹੀਂ ਬੋਲਦੀਆਂ। ਮੈਂ ਮੇਰੇ ਕੋਲੇ ਲਾਇਆ ਸੀ ਮਨਪ੍ਰੀਤ ਨੇ ਫੋਨ, ਮਨਪ੍ਰੀਤ ਵਿਚਾਰੀ ਬੁਲਾਈ ਰੋਂਦੀ ਸੀ, ਕਹਿੰਦੀ ਚੱਲ ਮੇਰੀ ਮਾਂ ਕਹੇ ਜੀ ਸੀ ਭਾਵੇਂ ਮਾੜੀ ਸੀ ਚੰਗੀ ਸੀ, ਸਾਡੀ ਤਾਂ ਮਾਂ ਹੀ ਸੀ ਨਾ। ਮੇਰੀ ਗੱਲ ਸੁਣ ਲੈ, ਉਹ ਆਪਣੇ ਵਾਸਤੇ ਤਾਂ ਮਨਪ੍ਰੀਤ ਵਿਚਾਰੀ ਬਾਲੀ ਚੰਗੀ ਸੀ, ਕਿੱਡਾ ਵੱਡਾ ਦੇਖ ਲਾ ਆਪਣਾ ਕੰਮ ਕੀਤਾ ਉਹਨੇ, ਫੇਰ ਹੈਂ ਆਪਾਂ ਤਾਂ ਉਹਨੂੰ ਬਾਲੀ ਚੰਗੀ ਸਮਝਾਂਗੇ। ਨਾ ਮੈਂ ਆਖਿਆ ਸੀ ਮਨਪ੍ਰੀਤ ਨੂੰ, ਮੈਂ ਆਖਿਆ ਜੇ ਤੇਰੇ ਜੀਏ ਤੂੰ ਸਾਡੇ ਕੋਲੇ ਆ ਜੀ 4 ਦਿਨ ਉਰੇ ਲਾ ਜੀ। ਉਹ ਇੱਥੇ ਤਾਂ ਮੇਰੀ ਗੱਲ ਸੁਣ ਲੈ, ਤੂੰ ਤਾਂ ਨਾ ਗੱਲ ਕਹਿਣ ਲੱਗੀ ਸੋਚਦੀ ਨਹੀਂ ਹੁੰਦੀ, ਉਹ ਇੱਥੇ ਕਿਵੇਂ ਲਾ ਕੇ ਜਾਊ, ਉਹ ਤਾਂ ਆਊ ਤਾਂ ਵਿਚਾਰੀ ਆਪਦੇ ਪੇਖੀ। ਉਹ ਇੰਨੀ ਗੱਲ ਤਾਂ ਹੋ ਸਕਦੀ ਜੇ ਤੂੰ ਸਿਆਣੀ ਹੁੰਦੀ ਮਾੜੀ ਮੋਟੀ, ਤੇਰਾ ਦਿਮਾਗ ਕੰਮ ਕਰਦਾ ਹੁੰਦਾ। ਉਹ ਮਨਪ੍ਰੀਤ ਨੂੰ ਤੂੰ ਐਂ ਕਹਿਣਾ ਸੀਗਾ ਵੀ ਰਾਜਵੀਰ ਕੋਲੇ ਵਗ ਜਾਏ ਆਪਦੇ ਪੇਖੀ, ਲਾਇਆ 4 ਦਿਨ ਰਾਜਵੀਰ ਇੱਥੇ ਲੈ ਜਾਂਦੀ। ਉਹ ਕਹਿੰਦੀ ਸਾਡਾ ਜੀ ਨਹੀਂ ਕਰਦਾ ਜਾਣ ਨੂੰ ਪਿੰਡ ਮਾਂ ਬਿਨਾ। ਹੁਣ ਲੈ ਮੇਰੀ ਗੱਲ ਸੁਣ, ਕਿੰਨਾ ਕੁ ਚਿਰ ਨਹੀਂ ਤੁਹਾਡਾ ਜੀ ਕਰੂ, ਉਹ ਆਖਰ ਮਾਂ ਬਾਪ ਕੋਈ ਸਦਾ ਤਾਂ ਨਹੀਂ ਬੈਠਾ ਰਹਿੰਦਾ ਹੁੰਦਾ। ਚੱਲ ਕੋਈ ਨਹੀਂ, ਆਪੇ ਹੌਲੀ ਹੌਲੀ ਜਾਣ ਲੱਗ ਜਾਣਗੀਆਂ, ਤੇ ਨਾਲੇ ਮੈਂ ਤਾਂ ਰਾਜਵੀਰ ਨੂੰ ਆਖਿਆ ਸੀ ਵੀ ਭਾਈ ਤੈਨੂੰ ਲੈ ਜਾਣੇ ਆ ਕਿ ਤੇਰੇ ਬਾਈ ਨੂੰ ਭੇਜ ਦਿੰਦੇ ਤੂੰ 4 ਦਿਨ ਲਾ ਜਾ। ਫਿਰ ਭੈਣ ਨੇ ਕੀ ਕਿਹਾ? ਉਹ ਤਾਂ ਕਹਿੰਦੀ ਵੀ ਮੈਂ ਤਾਂ ਮਾਸੀ ਨੂੰ ਫੋਨ ਕਰੂੰਗੀ। ਚੱਲ ਠੀਕ ਹੈ ਫਿਰ, ਮਾਸੀ ਨੂੰ ਫੋਨ ਕਰੂੰ ਫਿਰ ਦੇਖੀ ਭੈਣ ਉਹਦੀ ਬੁੜੀ ਦੀ। ਮੈਂ ਗੱਲ ਸਮਝ ਗਿਆ, ਚੱਲ ਦੇਖੀ ਜਾਊ। ਤੇ ਮੈਂ ਇੰਨੀ ਗੱਲ ਵੀ ਮੈਂ ਕਹਿਤੀ ਸੀ ਰਾਜਵੀਰ ਨੂੰ, ਸਮਝਾ ਵੀ ਦਿੱਤਾ ਸੀ, ਮੈਂ ਕਹਿਤਾ ਨਿਆਣੀ ਹੈ ਮੇਰੇ ਕੋਲੇ ਤਾਂ ਕਹਿਤਾ ਨੇ, ਮੈਂ ਆਖਿਆ ਉਹਦੇ ਕੋਲੇ ਨਾ ਕੁਛ ਕਹੀ, ਉਹਦੀ ਤਾਂ ਭੈਣ ਸੀ, ਜੇ ਬੁੜੀ ਨੇ ਤੈਨੂੰ ਕੁਛ ਕਿਹਾ ਵੀ ਮਾਸੀ ਨੇ ਤੇ ਤੂੰ ਮੋੜ ਕੇ ਜਵਾਬ ਨਾ। ਚੱਲ ਕੋਈ ਨੀ, ਜੇ ਮਾਸੀ ਉੱਥੇ ਉਹਨੂੰ ਮਿਲਣ ਆ ਗਈ ਕੀ ਆਪਣੇ ਕੋਲੇ 4 ਦਿਨ ਭੈਣ ਆ ਹੀ ਜਾਵੇ। ਭੈਣ ਕਿੱਥੋਂ ਆ ਜੂਗੀ, ਮਾਸੀ ਨੇ ਕਿੱਥੋਂ ਕਰ ਲੂ ਵਿਚਾਰੀ, ਉਹਨਾਂ ਨੇ ਘਰ ਦੇ ਧੰਦੇ। ਉਹ ਚੱਲ ਜਿਵੇਂ ਬਣੂ ਫਿਰ ਦੇਖੀ ਜਾਊ, ਮੇਰੇ ਤਾਂ ਮਨ
तू राजवीर नूं ऐ कह दे उरे आ जे वी मैं हुण राजवीर नूं दस किहदे सिर ते लिआवां जे मासी आऊगी मासी नूं उही गल मासी आखूगी मैनूं सद के आप छड के उड़गी घर ਲੈ ਕੁੜੇ ਜਾ ਕੇ ਆਵਾਂ ਆਪਦੀ ਭੈਣ ਤਾਂ ਚੱਲ ਮੁੱਕ ਗਈ ਚੱਲ ਭਾਣ ਜਨੂੰ ਤਾਂ ਹੈਗੀ ਹੈਗੀ ਅਤੇ ਜਾ ਕੇ ਆਵਾਂ ਆਪ ਤਾਂ ਨਹੀਂ ਗੇੜਾ ਮਾਰਦੇ ਉਹ ਅਤੇ ਚੱਲ ਮੈਂ ਤਾਂ ਜਾ ਕੇ ਆਵਾਂ ਹੁਣ ਤਾਂ ਮੈਂ ਰਹਿ ਕੇ ਜਾਊਂਗੀ ਮਹੀਨਾ ਵੀਹ ਦਿਨ ਅਤੇ ਜਿਸ ਮਾਰ ਕੇ ਜੇ ਵਧੀਆ ਬੋਲੂ ਲਹਾ ਫਿਰਦੀ ਆ ਰਾਜਵੀਰ ਸਤਿ ਸ਼੍ਰੀ ਅਕਾਲ ਮਾਸੀ ਸਤਿ ਸ਼੍ਰੀ ਅਕਾਲ ਭਾਈ ਹੋ ਠੀਕ ਹੈ ਹਾਂ ਹਾਂ ਠੀਕ ਆ ਵਧੀਆ ਚੱਲ ਮੈਨੂੰ ਫੜਾ ਦੇ ਝੋਲਾ ਮੈਂ ਤਾਂ ਆ ਗਈ ਭਾਈ ਤੁਸੀਂ ਤਾਂ ਨਹੀਂ ਕੋਈ ਗੇੜਾ ਮਾਰਦੇ ਕਿਤੇ ਮਹੀਨੇ ਵੀਹ ਦਿਨਾਂ ਤੋਂ ਫੋਨ ਲਾਉਣੇ ਆਉਂਗੇ ਚੱਲ ਜੇ ਤੇਰੀ ਬੇਬੇ ਮੁੱਕ ਗਈ ਤੁਸੀਂ ਤਾਂ ਹੈਗੀ ਹੋ ਹੈਗੇ ਆ ਮਾਸੀ ਫੇਰ ਹੀ ਤੈਨੂੰ ਫੋਨ ਲਾਇਆ ਹੁਣ ਮੈਂ ਤੈਨੂੰ ਤੂੰ ਪੱਕੀ ਮੇਰੇ ਕੋਲ ਹੀ ਰਹੀ ਬਸ ਹੁਣ ਕਿਤੇ ਨਹੀਂ ਜਾਣਾ ਚੰਗਾ ਭਾਈ ਮੈਂ ਤਾਂ ਕੱਲੀ ਹੈਗੀ ਘਰੇ ਮਹੀਨਾ ਵੀਹ ਦਿਨ ਮੈਂ ਤਾਂ ਲਾ ਕੇ ਜਾਊਂਗੀ ਮਹੀਨਾ ਵੀਹ ਦਿਨ ਛੱਡ ਮੈਂ ਤਾਂ ਕਹਿੰਦੀ ਤੂੰ ਇੱਥੇ ਹੀ ਰਹੀ ਬਸ ਤੂੰ ਜਾਈ ਨਾ ਚੱਲ ਭਾਈ ਜੇ ਵਧੀਆ ਮੋਹ ਪਿਆਰ ਕਰੇਗੀ ਮੈਂ ਤਾਂ ਰਹਿ ਪਊਂਗੀ ਚੱਲ ਮੇਰਾ ਤਾਂ ਘਰੇ ਵਧੀਆ ਸਰਦਾ ਹੈਗਾ ਨਾ ਮਾਸੀ ਮੋਹ ਪਿਆਰ ਵਾਲੀ ਕੀ ਗੱਲ ਕਰਦੀ ਆ ਉਹੀ ਗੱਲ ਮੇਰੀ ਸੱਸ ਨਾਲ ਕਿਹੜਾ ਮੈਂ ਕਦੇ ਕੋਈ ਫਰਕ ਰੱਖਿਆ ਸੀਗਾ ਫਰਕ ਤਾਂ ਭਾਈ ਨਹੀਂ ਰੱਖਿਆ ਸੀ ਚੱਲ ਆਈ ਸੀ ਵੀ ਸਿਆਣਾ ਬੰਦਾ ਸੀ ਤਾਂ ਤੈਨੂੰ ਵੀ ਸਹਾਰਾ ਸੀ ਹਨਾ ਸਹਾਰਾ ਤਾਂ ਬਥੇਰਾ ਸੀ ਹੁਣ ਮਾਸੀ ਕੀ ਦੱਸਾਂ ਤੈਨੂੰ ਉਹੀ ਗੱਲ ਘਰ ਵੜ ਕੇ ਖਾਂਦਾ ਮੈਨੂੰ ਤਾਂ ਹੋਰ ਹੁਣ ਤਾਂ ਅਸੀਂ ਜੇ ਭਾਈ ਚੱਲ ਜੇ ਗੱਡੀ ਮੰਗਦੀ ਸੀ ਜੇ ਤੇਰੇ ਪੇਕੇ ਦੇ ਦਿੰਦੇ ਕੀ ਹੁੰਦਾ ਸੀ ਚੱਲ ਨਾ ਤੁਹਾਡੀ ਚੀਜ਼ ਬਣ ਜਾਂਦੀ ਨਾਲੇ ਉਹਦੇ ਚਾਹ ਪੂਰੇ ਹੋ ਜਾਂਦੇ ਮਾਸੀ ਤੂੰ ਤਾਂ ਐਂ ਕਹਿੰਦੀ ਹੈ ਜਿਵੇਂ ਮੇਰੇ ਪੇਕੇ ਨੇ ਜਵਾਬ ਦਿੱਤਾ ਹੁੰਦਾ ਮੇਰੇ ਭਰਾ ਨੇ ਤੇ ਭਰਜਾਈ ਨੇ ਤਾਂ ਹਾਂ ਕਰਤੀ ਸੀ ਗੱਡੀ ਨੂੰ ਪਤਾ ਨਹੀਂ ਬੇਬੇ ਨੂੰ ਕੀ ਹੋਇਆ ਇੱਕੇ ਦਮ ਹੀ ਆ ਕੇ ਮੁੱਕਰ ਜੇ ਗਈ ਕਹਿੰਦੀ ਭਾਈ ਆਪਾਂ ਤਾਂ ਗੱਡੀ ਲੈਂਦੇ ਨਹੀਂ ਹੈਗੇ ਨਹੀਂ ਭਾਈ ਫੇ ਤੂੰ ਮਾੜਾ ਮੋਟਾ ਕੋਈ ਉਹਨੂੰ ਰੁੱਖਾ ਪਿੱਛਾ ਮੋਲਦੀ ਬੋਲਦੀ ਹੋਵੇਂਗੀ ਫੇਰ ਹੀ ਉਹਨੇ ਐਂ ਕਰਿਆ ਵੀ ਮੇਰੀ ਨੂੰਹ ਫਿਰ ਮੈਨੂੰ ਕੌਂਸਦੀ ਹੈਗੀ ਲੈ ਮਾਸੀ ਮੈਂ ਤਾਂ ਕਦੇ ਰੁੱਖਾ ਉਈ ਨਹੀਂ ਬੋਲੀ ਹੈਗੀ ਹੁਣ ਜੇ ਤਾਂ ਹੁਣ ਭਾਈ ਬੇਬੇ ਮੂੰਹ ਤੇ ਹੋਵੇ ਤਾਂ ਤੈਨੂੰ ਪਛਾ ਦਾਂ ਹੁਣ ਤੈਨੂੰ ਪਤਾ ਹੀ ਹੈ ਫਿਰ ਹੁਣ ਮੈਂ ਤੈਨੂੰ ਕੀ ਦੱਸਾਂ ਬਾਕੀ ਤੂੰ ਕਿਸੇ ਤੋਂ ਮਰਜ਼ੀ ਪਤਾ ਕਰ ਲਈ ਜੇ ਵੀ ਰਾਜਵੀਰ ਨੇ ਕਦੇ ਵੀ ਕੁਛ ਕਿਹਾ ਹੋਵੇ ਬੇਬੇ ਨੂੰ ਭਾਈ ਤੂੰ ਤਾਂ ਨਹੀਂ ਕੁਛ ਕਿਹਾ ਸੀ ਤਾਂ ਵੀ ਹੁਣ ਤਾਂ ਮੇਰੇ ਕੋਲ ਤਾਂ ਤਾਂ ਕਹੀ ਦਿੰਦੀ ਵੀ ਜੇ ਚੱਲ ਕੋਈ ਗੱਡੀ ਦੇ ਦੇਣ ਤਾਂ ਚੱਲ ਮੈਂ ਵੀ ਕੋਈ ਚੜ ਕੇ ਦੇਖ ਲਾ ਦੀ ਮੇਰਾ ਵੀ ਕੋਈ ਸ਼ੌਂਕ ਪੂਰਾ ਹੋ ਜੇ ਲੈ ਅਸੀਂ ਤਾਂ ਬਥੇਰਾ ਕਿਹਾ ਸੀਗਾ ਗੱਲ ਕਰ ਹੁਣ ਮੌਕੇ ਤੇ ਆ ਕੇ ਮੁੱਕਰ ਗਈ ਪਤਾ ਨਹੀਂ ਕੀ ਗੱਲ ਜੀ ਹੋ ਗਈ ਉਹ ਪ੍ਰਾਹੁਣੇ ਨੇ ਵੱਡੇ ਨੇ ਬੇਬੇ ਤੋਂ ਗੱਡੀ ਮੰਗ ਲਈ ਬ੍ਰਿਜਾ ਗੱਡੀ ਮੰਗ ਲਈ ਤੇ ਬੇਬੇ ਦੇ ਤਾਂ ਆਪਦੇ ਬਾਰੀ ਹੌਲ ਪੈ ਗਿਆ ਨਹੀਂ ਭਾਈ ਹੌਲ ਤਾਂ ਕਿਉਂ ਪੈ ਗਿਆ ਤੇ ਉਹ ਵੀ ਚਾਹੇ ਉਹੀ ਗੱਲ ਮੰਗੂ ਚੱਲ ਦੇ ਦਿੰਦੀ ਉਹ ਤਾਂ ਭਾਈ ਪਰ ਔਖ ਚੀ ਮੁੱਕ ਗਈ ਗੱਡੀ ਦੀ ਚ ਤੇ ਚਾਹ ਨਾ ਉਹਦੇ ਕੋਈ ਪੂਰੇ ਹੋਏ ਤੂੰ ਵੀ ਦੇਖ ਲੈ ਕੋਈ ਭਾਈ ਔਖ ਨਹੀਂ ਮੰਨੀ ਮੇਰੀ ਭੈਣ ਦੀ ਤਾਂ ਨਾ ਔਖ ਕਿਉਂ ਨਹੀਂ ਮੰਨੀ ਮਾਸੀ ਇਹੋ ਜਿਹੀਆਂ ਗੱਲਾਂ ਕਾਹਤੋਂ ਕਰਦੀਆਂ ਨਹੀਂ ਤਾਂ ਇੰਨਾ ਦੁੱਖ ਆ ਮੇਰੀ ਬੇਬੇ ਦਾ ਨਹੀਂ ਭਾਈ ਦੁੱਖ ਦਾ ਕਾਹਨੂੰ ਆ ਇੰਨਾ ਚੱਲ ਉਤਲੇ ਮਨੋਂ ਕਰਦੀ ਹੋਵੇਂਗੀ ਦੇਖ ਕੀ ਲੀੜੇ ਪਾ ਛੱਡੇ ਆ ਕੀ ਸੋਹਣੇ ਲੀੜੇ ਪਾ ਛੱਡੇ ਆ ਦੇਖ ਛੇਕੜ ਕੇ ਰੋਵੇ ਨਾ ਕਿ ਰੋਂਦੇ ਵਰਗਾ ਮੂੰਹ ਕਰ ਲੈ ਤੂੰ ਤਾਂ ਭਾਈ ਵਾਲ ਬੂਲ ਦੇਖ ਕੀ ਸੋਹਣੇ ਚੇਟ ਕਰਾਈ ਬੈਠੀ ਹੈ ਮਾਸੀ ਹੁਣ ਮੇਰੀ ਗੱਲ ਸੁਣ ਆਏ ਜਾਏ ਬਿਨਾ ਵੀ ਨਹੀਂ ਕਿਤੇ ਸਰਦਾ ਮੈਂ ਤਾਂ ਨਾ ਅੱਜ ਵਿਆਹ ਗਈ ਹੋਈ ਸੀਗੀ ਸਗਨ ਦੇ ਕੇ ਉਹੀ ਗੱਲ ਤੇ ਮੈਂ ਪੁੱਠੀ ਮੁੜਾਈ ਹੁਣ ਬਸ ਆ ਲੀੜੇ ਬਦਲਦੀ ਸੀਗੀ ਐਨੀ ਤੂੰ ਆ ਗਈ ਨਹੀਂ ਭਾਈ ਚੱਲ ਫੇਰ ਜੇ ਸਾਗਨ ਤੇ ਗਈ ਸੀ ਤਾਂ ਕੋਈ ਦੇਣ ਸਾਗਨ ਤਾਂ ਫੇਰ ਚੱਲ ਮਾੜੇ ਮੋਟੇ ਕੋਈ ਬੰਦਾ ਨਰਮ ਲੀੜੇ ਪਾ ਕੇ ਲਈ ਜੇ ਉਹ ਗੱਲ ਮੰਗੂ ਬੰਦਾ ਦੇਖਣ ਵੇਖਣ ਵਾਲਾ ਹੀ ਭੈੜਾ ਲੱਗਦਾ ਵੀ ਇਹਦੇ ਸੱਸ ਤਾਂ ਮੁੱਕੀ ਨੂੰ ਹਜੇ 6 ਮਹੀਨੇ ਹੋਏ ਨੇ ਤੇ 6 ਮਹੀਨੇ ਕੀ ਥੋੜੇ ਹੁੰਦੇ ਆ ਮਾਸੀ ਨਹੀਂ ਭਾਈ 6 ਮਹੀਨੇ ਉਹ ਗੱਲ ਮੰਗੂ ਹਜੇ ਉਹ ਤਾਂ ਵਿਚਾਰੀ ਰਾਈ ਤੁਰੀ ਜਾਂਦੀ ਹੈਗੀ ਮੈਂ ਤਾਂ 6 ਮਹੀਨੇ ਅਫਸੋਸ ਕਰ ਲਿਆ ਇਹੋ ਜੀ ਸੱਸ ਦਾ ਤਾਂ ਕੋਈ 15 ਦਿਨ ਨਹੀਂ ਕਰਦਾ ਦੇਖ ਲੈ ਤੈਨੂੰ ਪਤਾ ਹੀ ਹੈਗਾ ਕੀ ਕੁਛ ਕਰਦੀ ਸੀ ਬੇਬੇ ਮੇਰੇ ਨਾਲ ਨਾ ਭਾਈ ਇਹੋ ਜੀ ਕਹੀ ਜੀ ਸੀ ਭਾਈ ਮੇਰੀ ਭੈਣ ਕਾ ਤੂੰ ਐ ਕਹਿਨੀ ਆ ਕਿ ਇਹੋ ਜੇ ਬੰਦੇ ਦਾ ਕਿ 15 ਦਿਨ ਨਹੀਂ ਕਰਦਾ ਗੱਲ ਤੇ ਤਾਨੇ ਮਿਹਣੇ ਦਿੰਦੀ ਸੀ ਮੈਨੂੰ ਹਰੇਕ ਗੱਲ 'ਚ ਨਗੋਜ ਕੱਢਦੀ ਸੀ ਮੈਂ ਤਾਂ ਫੇਰ ਵੀ ਸਿਰ ਤੇ ਬਿਠਾ ਕੇ ਰੱਖੀ ਸੀ ਅੱਜ ਕੱਲ ਦੀਆਂ ਨੋਹਾਂ ਕੋਈ ਨਹੀਂ ਇਹੋ ਜੀਆਂ ਹੈਗੀਆਂ ਨਹੀਂ ਭਾਈ ਕਾਨੂੰ ਨਗੋਜ ਤਾਂ ਕੱਢਦੀ ਸੀ ਉਹੀ ਗੱਲ ਮੰਗੂ ਹੁੰਦੀਆਂ ਤਾਂ ਹੁਣ ਐ ਕਹਿੰਦੀਆਂ ਨੇ ਵੀ ਸੱਸ ਸੌਦਾ ਤਾਂ ਹੋਵੇ ਨਾ ਚੱਲ ਕੋਈ ਨਹੀਂ ਮਾਸੀ ਤੂੰ ਛੱਡ ਪਰੇ ਐਵੇਂ ਆ ਕੇ ਉਹਨਾਂ ਗੱਲਾਂ ਲੈ ਕੇ ਬਹਿ ਗਈ ਤੇਰੇ 'ਚ ਤਾਂ ਘਰੇ ਵੜਨ ਸਾਰੀ ਬੇਬੇ ਦਾ ਭੂਤ ਵੜ ਗਿਆ ਮੈਨੂੰ ਲੱਗਦਾ ਭਾਈ ਮੈਂ ਤਾਂ ਹੁਣ ਉਹੀ ਗੱਲ ਮੰਗੂ ਆਪਦੀ ਭੈਣ ਤਾਂ ਆਪਦੀ ਹੁੰਦੀ ਆ ਲੈ ਮੈਨੂੰ ਤਾਂ ਸੁਣਨਾ ਕਰ ਲੱਗਦਾ ਹੈਗਾ ਉਹ ਤੋਂ ਬਿਨਾਂ ਕੋਈ ਨਹੀਂ ਬਥੇਰੀ ਰੌਣਕ ਲਾ ਲਾਂਗੇ ਐਵੇਂ ਨਾ ਤੂੰ ਉਹੀ ਗੱਲ ਦੁਖੀ ਜੇ ਹੋਈ ਚੱਲ ਨਾ ਉੱਥੋਂ ਆਉਂਦੀ ਤਾਂ ਤੂੰ ਵਧੀਆ ਸੀਗੀ ਉਰੇ ਆ ਮੰਜੇ ਤੇ ਆ ਕੇ ਤੈਨੂੰ ਪਤਾ ਨਹੀਂ ਕੀ ਹੋ ਗਿਆ ਮੈਨੂੰ ਤਾਂ ਭਾਈ ਔਖ ਜੀ ਹੋ ਗਈ ਮੈਨੂੰ ਤਾਂ ਕਦੋਂ ਮੇਰੀ ਭੈਣ ਨਾ ਦਿੱਸੀ ਘਰੇ ਮੈਨੂੰ ਤਾਂ ਜਿਨੀ ਦੇ ਘਰ ਖਾਣ ਆਉਂਦਾ ਹੈਗਾ ਚੱਲ ਕੋਈ ਨਹੀਂ ਮਾਸੀ ਐਵੇਂ ਨਾ ਤੂੰ ਉਹ ਕਰੀ ਚੱਲ ਮੈਂ ਤੈਨੂੰ ਚਾਹ ਲਿਆ ਕੇ ਦਿੰਨੀ ਆ ਬਣਾ ਕੇ ਵਧੀਆ ਜੀ ਤੇ ਮੈਂ ਬਦਲਦੀ ਆ ਲੀੜੇ ਕੋਈ ਨਹੀਂ ਚੰਗਾ ਬਦਲ ਲਾ ਭਾਈ ਤਾਂ ਉਤਲੇ ਮਨੋਂ ਮਾਰਦੀ ਆ ਸੇਫੀਆਂ ਮੈਨੂੰ ਤਾਂ ਕਿ ਮੇਰੀ ਸੱਸ ਦਾ ਵਾਲਾ ਹੀ ਆਇਆ ਜੇ ਵਾਲਾ ਆਇਆ ਹੁੰਦਾ ਫਿਰ ਤੂੰ ਐਂ ਸਕੀਨੀਆਂ ਨਾ ਲਾਵੇਂ ਹਾਂ ਬੰਦਾ ਐਂ ਸੰਗ ਮੰਨੇ ਮੇਰੀ ਸੱਸ ਮੁੱਕੀ ਆ ਕਿਵੇਂ ਪਾਉਂਦੀ ਆ ਲੀੜੇ ਕਿਧਰੇ ਬਾਤ ਚੇਟ ਕਰਾਉਂਦੀ ਆ ਉਤਲੇ ਮਨੋਂ ਕਰਦੀ ਆ ਤਾਂ ਸਾਂ ਕਾਏ ਹੋ ਗਿਆ ਵੀ ਮੁੱਕ ਗਈ ਮੈਨੂੰ ਭਰੇ ਖੁੱਲ ਮਿਲ ਗਈ ਇਹ ਤਾਂ ਮਾਰ ਕੀ ਰਾਜੀ ਸੀ ਬੂ ਮੈਂ ਮਰ ਜਾ ਆ ਤਾਂ ਉਦੋਂ ਵੀ ਚੜਦਾ ਚੰਦਾ ਉਹ ਤੋਂ ਖਿਹੜਾ ਛੜਾਇਆ ਸੀ ਇਹ ਤਾਂ 100 ਗੱਲਾਂ ਕਰ ਗਈ ਉਹ ਤਾਂ ਹਜੇ ਘੱਟ ਹੀ ਕਰਦੀ ਸੀ ਮਾਸੀ ਤੁਰੀ ਆਉਂਦੀ ਤਾਂ ਵਧੀਆ ਸੀ ਵਧੀਆ ਗੱਲਾਂ ਕਰਦੀ ਆਈ ਆ ਘਰੇ ਆ ਕੇ ਪਤਾ ਨਹੀਂ ਕੀ ਹੋ ਗਿਆ ਕਿਤੇ ਉਹੀ ਗੱਲ ਬੇਬੇ ਦਾ ਭੂਤ ਨਾ ਫਿਰਦਾ ਹੋਵੇ ਕਿਤੇ ਮਾਸੀ 'ਚ ਵੜ ਕੇ ਕਿਤੇ ਬਦਲੇ ਲੈ ਲਏ ਮੈਥੋਂ ਚੱਲ ਕੋਈ ਨਹੀਂ ਇੱਕ ਅੱਧਾ ਦਿਨ ਹੀ ਦੇਖਦੀ ਹਾਂ
ਕੀ ਕਹਿੰਦੇ ਹੋ? ਮੈਂ ਤਾਂ ਅੱਜ ਤਿਆਰ ਹੋਇਆ ਸੀਗਾ, ਮੈਂ ਭੈਣ ਕੋਲੇ ਜਾ ਹੀ ਆਉਂਦੇ। ਭੈਣ ਕੋਲੇ? ਹੋਰ ਤੂੰ ਆਏ ਕਿਵੇਂ ਕਰਦੀ ਹੈ ਕਿ ਅਗਰ ਭੈਣ ਕੋਲੇ ਇਹਦਾ ਮਤਲਬ ਜਾਣਾ ਨਹੀਂ ਹੈਗਾ, ਮੈਨੂੰ ਤਾਂ ਰਾਜੇ ਦਾ ਪਹਿਲਾਂ ਪਤਾ ਲੱਗਿਆ ਤੇਰੇ ਦਾ। ਜਾਣਾ ਨਹੀਂ ਫਿਰ ਘਰੇ ਵੀ ਨਹੀਂ ਨਾ ਲੋਟ ਆਉਂਦਾ, ਹਜੇ ਮੱਝਾਂ ਨੂੰ ਨੀਰਾ ਨੂਰਾ ਪਾਉਣ ਵਾਲਾ ਪਿਆ, ਸਾਰੇ ਕੰਮ ਪਏ ਹੈਗੇ। ਫਿਰ ਮੱਝਾਂ ਨੂੰ ਨੀਰਾ ਮੈਂ ਪਾਲਣਾ, ਤੂੰ ਵਗ ਜਾ ਫਿਰ। ਮੈਂ ਵਗ ਜਾ ਲੈ, ਮੈਂ ਹੁਣ ਬੱਸ ਤੇ ਚੜ੍ਹ ਕੇ ਵਗ ਜਾ, ਕਮਲੀਆਂ ਗੱਲਾਂ ਕਰਦਾ। ਤੂੰ ਐਂ ਕਰ ਜੇ ਤੇਰਾ ਜ਼ਿਆਦਾ ਜੀ ਹੋਇਆ ਪਿਆ, ਤੂੰ ਮੋਟਰਸਾਈਕਲ ਤੇ ਵਗ ਜਾ, ਭੈਣ ਨੂੰ ਜਾ ਕੇ ਮਿਲਿਆ। ਉਹ ਮੈਨੂੰ ਪਹਿਲਾਂ ਹੀ ਪਤਾ ਸੀਗਾ ਤੂੰ ਜਾਣਾ ਨਹੀਂ ਹੈਗਾ, ਤਾਂ ਹੀ ਮੈਂ ਕਿਹਾ ਸੀ ਵੀ ਤੂੰ ਵਗ ਜਾ। ਉਹ ਮੈਂ ਹੀ ਜਾਊਂਗਾ, ਮੇਰੀ ਭੈਣ ਹੈ। ਉਹ ਮੇਰਾ ਨਾ ਅੱਜ ਸਰੀਰ ਜਿਹਾ ਸੈੱਟ ਨਹੀਂ, ਮੇਰੇ ਹੱਡ ਪੈਰ ਜੇ ਬਾਹਲੇ ਦੁਖੀ ਜਾਂਦੇ ਆ। ਜਦੋਂ ਹੁਣ ਬੰਦੇ ਦਾ ਉਹੀ ਗੱਲ ਚਿੱਤ ਮੰਨਦਾ ਹੋਵੇ ਫੇਰ ਹੀ ਜਾਣ ਦਾ ਫਾਇਦਾ। ਉਹ ਕਿੱਦੇ ਮਰਜ਼ੀ ਪੁੱਛ ਲੈ, ਤੇਰਾ ਤਾਂ ਚਿੱਤ ਮੰਨਦਾ ਹੀ ਨਹੀਂ ਹੈਗਾ, ਤੂੰ ਤਾਂ ਜਾਣਾ ਨਹੀਂ ਹੈਗਾ, ਸਿੱਧਾ ਤੂੰ ਜਵਾਬ ਤਾਂ ਦਿੰਦੀ ਨਹੀਂ ਹੈਗੀ। ਮੈਂ ਕਿਉਂ ਨਹੀਂ ਜਾਣਾ? ਮੇਰੀ ਕਿਹੜਾ ਕੋਈ ਰਾਜਵੀਰ ਨਾਨ ਬਾਣੇ ਕਮਲੇ, ਅੱਗੇ ਤਾਂ ਬੁੜੀ ਤੋਂ ਡਰਦੇ ਸੀ ਆਪਾਂ। ਗੱਲ ਕਰ ਹੁਣ ਆਏ ਆ, ਉਹ ਐਂ ਕਹਿੰਦੀ ਸੀ ਵੀ ਮਾਸੀ ਆਉਣ ਵਾਲੀ ਹੈ, ਕਿਤੇ ਮਾਸੀ ਨਾ ਗਈ ਹੋਵੇ। ਉਹ ਲੈ ਬੁੜੀ ਦੀ ਭੈਣ ਹੀ ਹੈ, ਮਾਸੀ ਕਿਹੜਾ ਕੋਈ ਵਿਚਾਰੀ ਬਗਾਨੀ ਹੈ। ਉਹ ਨਾਲੇ ਮਾਸੀ ਦਾ ਸੁਭਾਅ ਤਾਂ ਕਹਿੰਦੇ ਬਾਹਲਾ ਹੀ ਚੰਗਾ ਹੈ। ਸੁਭਾਅ ਤਾਂ ਚੰਗਾ ਮਾਸੀ ਦਾ, ਕੀ ਪਤਾ ਹਜੇ ਵਿਚਾਰੀ ਆਈ ਹੋਊ ਕਿ ਨਾ ਆਈ ਹੋਊ, ਅਗਲੇ ਦੇ ਘਰੇ ਸਰਦਾ ਹੋ ਜਾਣਾ। ਉਹ ਜੇ ਕਿਤੇ ਮਾਸੀ ਉਹਦੇ ਕੋਲੇ ਆ ਜਾਂਦੀ ਫੇਰ ਭਾਣੇ ਆਪਣੇ ਕੋਲ ਹੀ ਆ ਜਾਂਦੀ। ਹਾਂ ਉਹ ਮੈਂ ਤਾਂ ਮੇਰੀ ਗੱਲ ਸੁਣ ਲੈ, ਤੈਨੂੰ ਮੈਂ ਪਹਿਲਾਂ ਵੀ ਸਮਝਾਇਆ ਸੀ ਵੀ ਮਾਸੀ ਇਕੱਲੀ ਨਹੀਂ ਰਹਿੰਦੀ, ਭੈਣ ਆਪਣੇ ਕੋਲੇ ਨਹੀਂ ਆ ਸਕਦੀ, ਭੈਣ ਤੇ ਦਾਬ ਨਾ ਪਾਈ ਲਿਆਉਣ ਦੀ। ਉਹ ਮੈਂ ਤੇਰੀਆਂ ਗੱਲਾਂ ਨੂੰ ਸਮਝਦਾ। ਹਾਂ ਰੋਜ਼ ਰੋਜ਼ ਦਾ ਨਾ ਮੈਥੋਂ ਨਹੀਂ ਤੈਨੂੰ ਪੁੱਛਿਆ ਜਾਂਦਾ ਵੀ ਚੱਲੀਏ ਚੱਲੀਏ, ਅੱਜ ਤਾਂ ਮੈਂ ਜ਼ਰੂਰੀ ਜਾ ਕੇ ਹੀ ਆਊਂਗਾ, ਤੂੰ ਤਾਂ ਹਾਂ ਕਦੇ ਕਰਦੀ ਨਹੀਂ ਹੈਗੀ। ਉਹ ਐਂ ਹੈ ਜੇ ਹੁਣ ਆਪਾਂ ਗੱਡੀ ਲੈ ਕੇ ਜਾਂਦੇ ਹਾਂ ਨਾ, ਆਂਢ ਗਵਾਂਢ ਵੀ ਮੇਰੇ ਮਾਰੂਗਾ, ਆਂਢ ਗਵਾਂਢ ਐਂ ਆਖੂਗਾ ਵੀ ਦੇਖ ਬੁੜੀ ਨੂੰ ਤਾਂ ਦਿੱਤੀ ਨਹੀਂ, ਬੁੜੀ ਤਾਂ ਮਾਰਤੀ ਆ ਗੱਡੀ ਬਿਨਾ, ਹੁਣ ਦੇਖ ਕੇ ਮੈਂ ਦੋਨੇ ਭਰਾ ਭਰਜਾਈ ਐ ਚੌੜੇ ਹੋ ਕੇ ਗੱਡੀ ਤੇ ਚੜ੍ਹ ਕੇ ਆਉਂਦੇ, ਲੋਕ ਮੇਰੇ ਮਾਰਨਗੇ, ਮੈਂ ਤਾਂ ਲੋਕਾਂ ਤੋਂ ਡਰ ਲੱਗਦਾ। ਆਹੋ ਆਹੋ ਬਹਾਨੇ ਕੱਢਣੇ ਤਾਂ ਕੋਈ ਤੈਥੋਂ ਸਿੱਖੇ, ਮੈਂ ਸਮਝ ਗਿਆ ਤੇਰੀ ਗੱਲ। ਮੈਂ ਮਰਜ਼ੀ ਲਾ ਲਾ, ਬਹਾਨੇ ਲਾ ਲਾ, ਕੁਛ ਮਰਜ਼ੀ ਲਾ ਲਾ, ਮੈਂ ਤੈਨੂੰ ਰੋਕਦੀ ਨਹੀਂ, ਤੂੰ ਜਾਇਆ ਰਾਜਵੀਰ ਕੋਲੇ, ਰਾਜਵੀਰ ਨਾਲ ਮੇਰੀ ਗੱਲ ਹੋਈ ਏ, ਰਾਜਵੀਰ ਨਾਲ ਮੈਂ ਵਧੀਆ ਗੱਲਾਂ ਕਰਦੀ ਆ, ਕੋਈ ਸਾਡੀ ਅਣਬਣ ਨਹੀਂ ਹੈਗੀ। ਉਹ ਚੰਗਾ ਮੱਝਾਂ ਨੂੰ ਸਾਂਭ ਲਈ, ਮੈਂ ਤਾਂ ਜਾ ਕੇ ਆਉਣਾ ਭੈਣ ਕੋਲੇ। ਜਾਇਆ ਵਗ ਜਾ। ਲੈ ਰੋਜ਼ ਹੀ ਕਹਿ ਦਿੰਦੀ ਐ, ਕਦੇ ਕੋਈ ਬਹਾਨਾ ਕਦੇ ਕੋਈ ਬਹਾਨਾ, ਸਿੱਧੀ ਐ ਨਹੀਂ ਕਹਿੰਦੀ। ਪੀਣ ਬਿਨਾ ਗੱਲ ਤੋਂ ਤੂੰ ਲੈ ਜਾ ਮੋਟਰਸਾਈਕਲ, ਜਾਇਆ ਫਿਰ। ਕੋਈ ਨਹੀਂ ਮੈਂ ਹੀ ਜਾ ਕੇ ਆਉਂ। ਜਾਇਆ ਫਿਰ, ਮੈਂ ਕਦ ਆਖੇ ਵੀ ਮੈਨੂੰ ਲੈ ਕੇ ਚੱਲ। ਤੈਨੂੰ ਪੁੱਛਦੇ ਪੁੱਛਣ ਦਾ ਕਾਇਰ ਨਾ, ਮੈਂ ਲੇਟ ਹੋ ਗਿਆ। ਕੋਈ ਨਹੀਂ ਵਗ ਜਾ। ਕੋਈ ਨੂੰ ਕੀ ਐ, ਭੈਣ ਤਾਂ ਮੇਰੀ ਐ, ਇਹਦੀ ਕਿਹੜਾ ਭੈਣ ਐ। ਲੈ ਮੋਟਰਸਾਈਕਲ ਵੀ ਨਹੀਂ ਹੈਗਾ ਘਰੇ ਅੱਜ, ਅਖੇ ਕਾਰ ਆਪਾਂ ਲੈ ਕੇ ਨਹੀਂ ਜਾਣੀ, ਉਹ ਦੱਸ ਮੈਂ ਹੁਣ ਕਾਹਤੇ ਜਾਵਾਂ। ਮੋਟਰਸਾਈਕਲ ਉਹਨਾਂ ਦੇ ਘਰੇ ਐ, ਚਾਚੇ ਕੇ ਲੈ ਗਏ ਸੀਗੇ, ਉੱਥੋਂ ਲੈ ਜੀ ਜਾਂਦਾ। ਉਹ ਮੈਨੂੰ ਤਾਂ ਲੱਗਦਾ ਤੁਸੀਂ ਜਾਣ ਕੀ ਦਿੱਤਾ ਹੋ, ਤੈਨੂੰ ਮਾੜਾ ਮੋਟਾ ਪਹਿਲਾਂ ਪਤਾ ਲੱਗਾ ਹੋਊਗਾ। ਜਾਣ ਕੇ ਕਾਹਨੂੰ ਦਿੱਤਾ ਸੀ, ਮੈਂ ਤੈਨੂੰ ਦੱਸਣਾ ਭੁੱਲ ਗਈ, ਉਹ ਬਾਈ ਨੇ ਮਾਣਾ ਜੀਰੀ ਕੋਲੇ ਗੇੜਾ ਮਾਰਨ ਗਿਆ ਸੀ, ਉਹ ਤਾਂ ਮੁੜਿਆ ਆਉ ਮੱਖੀ ਗਿਆ ਸੀ। ਉਹ ਚੱਲ ਕੋਈ ਨਹੀਂ, ਚੰਗਾ ਤੂੰ ਜਾਂਦਾ ਜਾਂਦਾ ਲੈ ਜੀ। ਮੈਂ ਉਹਨਾਂ ਦੇ ਲੈ ਜੂੰਗਾ ਚੱਕ ਕੇ ਮੋਟਰਸਾਈਕਲ, ਜੇ ਆਪਣੇ ਵਾਲਾ ਹੋਈ ਤਾਂ ਉਹਨਾਂ ਦਾ ਲੈ ਜੂੰਗਾ। ਨਹੀਂ ਫਿਰ ਉਹਨਾਂ ਦਾ ਲੈ ਜੀ, ਤਾਏ ਕੇ ਆਣਾ ਲੈ ਜੀ। ਠੀਕ ਐ, ਚੱਲ ਤੂੰ ਜਾਇਆ ਫਿਰ। ਆਹੋ ਸਾਂਭ ਲਈ ਤੂੰ ਅੱਜਾਂ ਹੁਣ ਆਪਦੀਆਂ। ਕੋਈ ਨਹੀਂ ਮੈਂ ਤਾਂ ਸਾਂਭ ਲੂੰਗੀ, ਮੈਂ ਤਾਂ ਬਾਹਰ ਲਾਉਣੀ ਆਗੀ, ਐਂ ਨਹੀਂ ਪਤਾ ਉਹੀ ਗੱਲ ਕੋਈ ਗੱਡੀ ਮੰਗਣ ਵਾਲਾ ਜੇ ਪਹਿਲਾਂ ਮੋਟਰਸਾਈਕਲ ਲੈ ਗਿਆ। ਮੈਂ ਤਾਂ ਉਹੀ ਗੱਲ ਜੇ ਜਵਾਬ ਦਿੰਦੇ ਆ ਫਿਰ ਵੀ ਅਗਲਾ ਔਖਾ ਸੌਖਾ ਹੁੰਦਾ, ਉਹਦਾ ਬਾਅਦ ਹੀ ਲਾ ਦਾਨੇ ਆ। ਮੋਟਰਸਾਈਕਲ ਇੱਥੇ ਹੀ ਖੜਾ ਦਿੰਦੇ ਆ, ਛੇਤੀ ਮੁੜਨਾ ਹੈਗਾ, ਆਪਾਂ ਨੇ ਕਿਹੜਾ ਰਹਿਣਾ ਹੈਗਾ। ਲੈ ਮੈਨੂੰ ਤਾਂ ਐਂ ਲੱਗਦਾ ਕੋਈ ਘਰੀ ਨਹੀਂ ਦਿੰਦਾ ਹੈਗਾ, ਉਹ ਫਿਰਦੀ ਹੈ ਭੈਣ ਵਿਚਾਰੀ, ਭੈਣ ਨੂੰ ਸਾਰਾ ਦਿਨ ਕੰਮ ਹੀ ਨਹੀਂ ਮੁੱਕਦੇ। ਲੈ ਸਤਿ ਸ੍ਰੀ ਅਕਾਲ ਬਾਈ। ਸਤਿ ਸ੍ਰੀ ਅਕਾਲ ਭੈਣੇ। ਹੋਰ ਕਿਵੇਂ, ਠੀਕ ਆ? ਵਧੀਆ ਭੈਣੇ, ਅਸੀਂ ਤਾਂ ਠੀਕ ਆ। ਤੂੰ ਬਈ ਜਾਣ ਚੱਕ ਕੇ ਆ ਗਿਆ ਭੈਣੇ, ਮੇਰੀ ਗੱਲ ਸੁਣ ਲੈ। ਹਾਂ ਉਹ ਹਰਪ੍ਰੀਤ ਨਾਲ ਤੂੰ ਗੱਲ ਕਰ ਲੈਣੀ ਹੈ। ਅੱਛਾ, ਮੇਰੇ ਨਾਲ ਤਾਂ ਕਦੇ ਸੁੱਖ ਨਾਲ ਤੂੰ ਗੱਲ ਵੀ ਨਹੀਂ ਕਰੀ ਕੋਈ। ਉਹ ਹਰਪ੍ਰੀਤ ਰੋਜ਼ ਕਹਿੰਦੀ ਅੱਜ ਜਾਵਾਂਗੇ ਸਵੇਰੇ ਜਾਵਾਂਗੇ, ਉਹ ਤਾਂ ਬਹਾਨੇ ਜੇ ਮਾਰੀ ਜਾਂਦੀ ਹੈ। ਉਹ ਮੈਂ ਮੈਂ ਭੈਣ ਕੋਲੇ ਜਾ ਹੀ ਆਵਾਂ। ਲੈ ਵਧੀਆ ਕੀਤਾ ਬਾਈ ਤੂੰ ਆ ਗਿਆ, ਮੇਰਾ ਤਾਂ ਨਾ ਟਾਈਮ ਹੀ ਨਹੀਂ ਲੱਗਿਆ ਹੈਗਾ, ਤੇ ਮਾਸੀ ਆ ਰਹੀ ਹੈਗੀ। ਮਾਸੀ ਆ ਗਈ? ਹਾਂ, ਉਹਦਾ ਹਰਪ੍ਰੀਤ ਨੇ ਦੱਸਿਆ ਸੀ। ਅੱਛਾ, ਵੀ ਮਾਸੀ ਆਊਗੀ, ਤੇ ਭੈਣੇ ਜਦੋਂ ਮਾਸੀ ਆ ਗਈ ਸੀਗੀ ਫਿਰ ਘਰੇ ਮਾਸੀ ਰਹਿ ਪੈਂਦੀ, ਤੁਹਾਡੇ ਕੋਲ ਕਿਹੜੀਆਂ ਮਾੜੀਆਂ ਮੱਝਾਂ ਸੀ, ਇੱਕ ਤਾਂ ਮੱਝ ਸੀ ਉਹ ਸਾਂਭ ਲੈਂਦੀ। ਐਵੀ ਮੇਰੀ ਗੱਲ ਸੁਣ, ਮਸਾਂ ਸਾਰੀ ਕਬੀਲਦਾਰੀ ਮੇਰੇ ਹੱਥ ਮੱਥੇ ਆਈ ਆ, ਮੈਂ ਨਹੀਂ ਹੁਣ ਕਿਸੇ ਨੂੰ ਉਹੀ ਗੱਲ ਘਰੇ ਮੁਖਤਿਆਰੀ ਕਰਨ ਦਿੰਦੀ। ਭੈਣੇ ਮਸਾਂ ਤਾਂ ਬੇਬੇ ਵਾਲਾ ਉਦਾਂ ਮਿਲਿਆ ਮੈਨੂੰ। ਭੈਣੇ ਤੂੰ ਤਾਂ ਕਾਮਲੀਆਂ ਗੱਲਾਂ ਕਰਦੀ ਹੈ, ਉਹ ਸੱਸ ਤੇਰੀ ਮਰ ਗਈ, ਉਹ ਹੁਣ ਤਾਂ ਸਾਰੀ ਉਮਰ ਕਬੀਲਦਾਰੀ ਤੇਰੇ ਕੋਲ ਹੀ ਰਹੂ, ਹੋਰ ਕਬੀਲਦਾਰੀ ਕਿਹਦੇ ਕੋਲ ਜਾਣੀ ਹੈ ਹੁਣ? ਕਬੀਲਦਾਰੀ ਤਾਂ ਰਹੂ ਮੇਰੇ ਕੋਲੇ, ਹੁਣ ਜੇ ਮੈਂ ਘਰੋਂ ਵਗੀ ਉਹੀ ਗੱਲ ਮਸਾਂ ਮੈਂ ਸੁਣ ਮੇਰੇ ਹੱਥ ਪਈ ਹੈਗੀ, ਮੇਰੇ ਤੋਂ ਬਿਨਾਂ ਹੁਣ ਨਹੀਂ ਮਿਲਦੀ ਇਹ, ਤੇ ਨਾਲੇ ਮਾਸੀ ਆ ਰਹੀ ਆ, ਮਾਸੀ ਤਾਂ ਬੇਬੇ ਨਾਲੋਂ ਵੀ ਭੈੜੀ ਹੈ। ਸੁਭਾਅ ਭੈੜਾ ਇਹਦਾ? ਮੈਨੂੰ ਤਾਂ ਪਤਾ ਨਹੀਂ ਸੀ, ਪਹਿਲਾਂ ਤਾਂ ਮਾਸੀ ਨੇ ਕਦੇ ਇਹੋ ਜਿਹੀਆਂ ਗੱਲਾਂ ਕਰੀਆਂ ਨਹੀਂ, ਆਈ ਆਈ ਤਾਂ ਮਾਸੀ ਵਧੀਆ ਗੱਲਾਂ ਕਰਨ ਲੱਗੀ, ਉਰੇ ਆ ਕੇ ਜਦੋਂ ਇੱਥੇ ਬਹਿ ਗਈ ਮੰਜੇ 'ਤੇ,
पता नहीं की बेबे का भूत बढ़ गया, वो तो ऐ गल कर लग गई जिम्मे बेबे गल कर दी होंगी है। भैनी मेरी गल सुन लै, वो मैं तो ऐ सुनिया पहला भी एक दो बारी मैनू मासी मिली है, मासी का बड़ा ही चंगा सुभा सी, आ की गल होगी? पता नहीं बई की गल हो गई, पता नहीं बई मैनू उही बहम जा हो गया, उही गुस्सा जा लग्या। पण तेरे मन च बहमी होया पिया है। हां बेबे ते डरदी नूं ही बहम जा हो गया। भैण भाई दा सब नूं ही आउंदा ही है। हां ओ नाले ओदे कोले नहीं जी कोई गल करदी। ना ना आए मैं कमली थोड़ा, आए तां मैनूं बथेरा कुछ कह के हटियां। ते नाले कोई कुड़ियां कोले तां नहीं जी तूं गल करती, उहनां नूं तां ओ तां बेचारियां ऐ कहंदियां कुड़ी दा मनप्रीत ने फोन करिया सीगा हरप्रीत नूं वी मेरा तां उत्थे जाण नूं हुण चित नहीं करदा, तूं आप उहनां नूं फोन ला लिया कर। ले फोन लो नहीं तो हूं बई चकते नहीं, उदने बचालड़ी कुड़ी नूं फोन लाया सीगा कल, तो प्रौने कोले सी फोन, वह कहता भाई मैं जाके गल करवाऊंगा। भैने मेरी गल सुन लै, वो असल तो पेके का देख माँ प्यो नाल ही होंगे ने। हाँ। फिर माँ प्यो कड़ा कुछ सदा बैठे रेंदे ने। ते नाले बई मेरी गल सुन, कुड़ियां नाल तो कोई गिला शिकवा है ही नहीं, उन्हां नाल तो मैं इन्ना करदी उही गल, मैं तो कदे फर्क ही नहीं कीता। मनप्रीत ने तो अपना बाली बड़ा मसला हल कीता है, उहनूं तो बचारी नूं माड़ी केड़े मूंह कह सकदे आ। सही गल आ। ते भैणे हुण मेरा तो इरादा सीगा ते भी मैं तैनूं लई जांदा चार दिन। भाई हुण नहीं देख मैं जांदी हैगी, एक तो मासी आ रही है, ऐ कह दूगी जे मेरी भैण होंदी उही गल, बंदे नूं घर कल्ले नूं बड़बड़ खाण लग जांदा, तो पहली अक्खी दी मेरी भैण बिना घर सुनना लगदा। भैणे मासी नूं मैं कह दूंगा भी मासी तू दो दिन रह पै, हणा केड़ा कोई बाला इहनां दे कम है। चल कानू भाई हज हुण मैं जाके की करना, चल कोई ना जदों मासी वग गई ना मैं उदों आ जाऊंगी चार दिन, इहनूं रहण दे जिन्ने दिन रहिंदी है, तू कर ला उहदे नाल गल्लां बातां। चल मैं मासी नाल गल्लबात कर दिंदा। हां चाह बनाई पई है, जग च पाई पई है ते मैं आ गई। चंगा भैणे तू किधर जांदी है? भैणे मैं मड़ा हरा देख के आनी खुलनी नहीं, गल सुन मेरी, जे मासी पुछण लगी ना भी राज वीर अज ब्याह गई सी, तू कह दी भी हां गई सी साडी रिश्तेदारी च ब्याह सीगा, मैं तां सगन दे के मुड़िया ई। कर बुरा लग रहा बैठे मासी बेचारी दी भैण सी। चल कोई नी मासी नूं तां आपे कर लांगे हिसाब च, तू माड़ा जिहा कह दी जे तेनूं पुछण लगी। चंगा भैणे मैं तां कोई गल नहीं कह दूंगा। मेरा भरा आया बैठा गा, पता नहीं किवें आया गा, वह गल्लां मारी जांदे ने बैठे, खाली हथ आ गया, नहीं कोई भैन भाई खाली हथ जांदा हुंदा भैणा कोले, पता नहीं आ गया हथ बोच के। मत्था टेकदा मासी। ज्योदा रहे भाई, हो ठीक ठाक है भाई? हाँ मासी ठीक है, अपना परिवार सारा ठीक सीगा? ठीक है भाई सारा। फसल बाड़ी किवें है? हाँ ठीक है भाई वधिया, फसल बाड़ी अपने ठीक है? हाँ अपने तो ठीक है मासी, बस हूँ जीरी तो हूँ इस बार घट ही निकल जाए, रेट रूट है नहीं गा। तेरे वाली गल तो मैं हर हरप्रीत को घर भी करी सी, महा जी आप गड्डी दे देंगे आप छह महीने साल मगरों लै लेंगे की गल सी? कानू भाई गल करी सी ओही गल मंगू, तू तो सौगा गह प्रौने को फोन लाया साडे को भी तू भी हूँ गड्डी मंगला साथों गड्डी मंगदी है भाई तेरी सस। मासी मेरी गल सुन लै, तू तो भाव की लख कही जा, पर असी ना तो कुड़ी को ना प्रौने को असी कोई फोन नहीं किया, उन्होंने तो आप ही बड़ी गड्डी मंगी, साडा कोई कसूर नहीं है इस गल च। नहीं भाई कसूर तो क्यों नहीं, राजवीर ने भी आख्या हो भी भाई तू मंगला मेरी बेबे साथों मैथों मंगदी है गड्डी, तो तुसी भी भाई करी होगी गल जमा। ना 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 मसी यही जी तो कोई गल ही नहीं हो सकती, पर राजवीर की मैं गल कह भी नहीं सकता भी मनप्रीत ना कोई गल हुई हो, पर असी नहीं ये गल कह, उन्होंने तो आप ही गड्डी बड़ी पहली ही मंगती सी, साडा तो बहाना भालदी सी एवें। वे भाई कानू ओही गल मंगू, सियाना बंदा सी घरे सहारा सी इहनू, कोई थोड़े कोले भी चार दिन लाए आउंदी सी। हाँ। ते ओही गल मंगू हुण कल्ली रहेगी ते हुण गल्ला किसे पासे नहीं जान जोकरी। मासी मैं तेरी गल समझदा, उहदा तां बड़ा वड्डा सहारा सीगा, बेचारी मेरी भैण तां निदरी हुई बैठी है, दस
ਨਿਕਲੀ ਤਾਂ ਭਾਈ ਹੁਣ ਹੋਣਾ ਹੀ ਆ ਕਿ ਸਾਰਾ ਕੰਮ ਆਪਦੇ ਸਿਰ ਤੇ ਆ ਕੁਛ ਭਾਈ ਹੁਣ ਵੱਡੇ ਬੰਦੇ ਦੀ ਬੰਦਾ ਉਹ ਵੀ ਮੰਨਦਾ ਭਾਈ ਹੁਣ ਦੀਆਂ ਕੁੜੀਆਂ ਕਤਰੀਆਂ ਮੰਨਦੀਆਂ ਨੇ ਆਉਂ ਮਾਸੀ ਮੇਰੀ ਗੱਲ ਸੁਣ ਲੈ ਮਾਸੀ ਹੁਣ ਤੂੰ 4 ਦਿਨ ਆਈ ਤਾਂ ਹੈਗੀ ਆ ਉਹ ਮੇਰੀ ਭੈਣ ਨੂੰ ਮੈਂ 4 ਦਿਨ ਲੈਣਾ ਜਾਵਾਂ ਸੋਨੂੰ ਮਿਲਿਆ ਨਾ ਭਾਈ ਮੈਂ ਇੱਥੇ ਦਾ ਕਿੱਥੇ ਭਾਈ ਕੰਮ ਬਣਦੇ ਨੇ ਹੁਣ ਮੈਂ ਤਾਂ 4 ਦਿਨ ਆਈ ਸੀ ਨਹੀਂ ਭਾਈ ਮੇਰਾ ਜੀ ਵੀ ਨਹੀਂ ਲੱਗਦਾ ਆਪਦੀ ਭੈਣ ਤੋਂ ਬਿਨਾ ਮੈਂ ਤਾਂ ਇਹ ਨਹੀਂ ਪਤਾ ਭਾਈ ਹੁਣ ਇੱਕ ਅੱਧਾ ਦਿਨ ਲਾ ਕੇ ਵਗ ਜਾਂ ਮਾਸੀ ਤੇਰੀ ਮਰਜ਼ੀ ਹੈ ਉਹ ਮੈਂ ਕਿਹੜਾ ਤੈਨੂੰ ਰੋਜ਼ ਰੋਜ਼ ਕਹਿਣਾ ਸੀਗਾ ਉਹ ਚਿੱਤ ਤਾਂ ਖਰਮ ਮੇਰੀ ਗੱਲ ਸੁਣ ਲੈ ਤੇਰੀ ਭੈਣ ਸੀਗੀ ਚਿੱਤ ਤਾਂ ਮੇਰਾ ਵੀ ਨਹੀਂ ਲੱਗਦਾ ਉਹ ਤਾਂ ਵਿਚਾਰੀ ਬਾਲੀ ਬੋਲਚਾਲ ਵਾਲੀ ਸੀਗੀ ਬੋਲਦਾ ਪੁਰਖ ਸੀ ਉਹ ਤਾਂ ਵਿਚਾਰੀ ਬੁੜੀ ਹੋਰ ਭਾਈ ਬੋਲਦਾ ਪੁਰਖ ਤਾਂ ਹੈਗਾ ਸੀ ਤੇ ਜੀ ਤਾਂ ਨਹੀਂ ਲੱਗਦਾ ਹੁਣ ਭਾਈ ਮੈਨੂੰ ਤਾਂ ਜਮਾਲ ਦੀ ਭੈਣ ਤੋਂ ਬਿਨਾਂ ਘਰ ਖਾਣ ਆਉਂਦਾ ਗਾ ਭਾਵੇਂ ਰਾਜਵੀਰ ਕਿੰਨੀ ਹੈਗੀ ਹੈਗੀ ਤਾਂ ਵੀ ਭਾਈ ਆਪਦਾ ਭੈਣ ਭਾਈ ਤਾਂ ਆਪਦਾ ਹੀ ਹੁੰਦਾ ਹਾਂ ਆਪਦਾ ਤਾਂ ਮਸੀ ਆਪਦਾ ਹੀ ਹੁੰਦਾ ਹੈ ਤੇ ਨਾਲੇ ਭਾਈ ਤੁਸੀਂ ਜਮੀ ਖਾਲੀ ਆ ਤੁਸੀਂ ਪਹਿਲੇ ਦਿਨ ਹੀ ਆਏ ਆਉਣੇ ਭਾਈ ਤੂੰ ਹੁਣ ਵੀ ਖਾਲੀ ਹੱਥ ਆ ਗਿਆ ਅੱਜ ਮਾਸੀ ਮੇਰੀ ਗੱਲ ਸੁਣ ਲੈ ਅਸੀਂ ਤਾਂ ਕਦੇ ਵੀ ਨਹੀਂ ਖਾਲੀ ਹੱਥ ਆਏ ਸੁੱਖ ਨਾਲ ਅਸੀਂ ਤਾਂ ਬੜਾ ਸਮਾਨ ਲੈ ਕੇ ਆਉਂਦੇ ਹਾਂ ਮਠਿਆਈਆਂ ਫਲ ਫਰੂਟ ਉਹ ਇਸ ਵਾਰੀ ਤਾਂ ਮਾਸੀ ਮੈਂ ਐਂ ਨਹੀਂ ਲੈ ਕੇ ਆਇਆ ਉਹ ਮਹਾਂ ਲੋਕ ਕੀ ਕਹਿਣਗੇ ਵੀ ਮੇਰੀ ਮਾਸੀ ਮੈਨੂੰ ਤਾਂ ਇਹ ਸਾਰੇ 6 ਮਹੀਨੇ ਨਹੀਂ ਹੋਏ ਵੀ ਲੈ ਇਹ ਫਲ ਚੱਕੀ ਫਿਰਦੇ ਆ ਮਠਿਆਈਆਂ ਚੱਕੀ ਫਿਰਦੇ ਆ ਵੀ ਅਸੀਂ ਫਲ ਤੇ ਮਠਿਆਈਆਂ ਲੈ ਚੱਕੀ ਫਿਰਦੇ ਆ ਸੋਹਣੇ ਲੱਗਦੇ ਸੀ ਲੈ ਕੇ ਆਉਂਦੇ ਮਾਸੀ ਨਹੀਂ ਭਾਈ ਫਿਰ ਨਹੀਂ ਸੋਹਣੇ ਲੱਗਦੇ ਸੀ ਭਾਈ ਹੁਣ ਕਿਹੜਾ ਫਿਰ ਤੂੰ ਸੋਹਣਾ ਲੱਗਿਆ ਭਾਈ ਖਾਲੀ ਹੱਥ ਭੈਣ ਕੋਲੇ ਆਉਂਦਾ ਹੁਣ ਵੀ ਤੂੰ ਤਾਂ ਸੋਹਣਾ ਲੱਗਿਆ ਮਾਸੀ ਮੇਰੀ ਗੱਲ ਸੁਣ ਲੈ ਉਹ ਜੇ ਮੈਂ ਕੋਈ ਮਠਿਆਈਆਂ ਲਿਆਂਦਾ ਫਿਰ ਤੂੰ ਹੀ ਮੈਨੂੰ ਮਿਹਣੇ ਮਾਰਦੀ ਵੀ ਮੇਰੀ ਭੈਣ ਦਾ ਤੁਹਾਨੂੰ ਕੋਈ ਦੁੱਖ ਨਹੀਂ ਹੁਣ ਤੂੰ ਮਾਸੀ ਐਂ ਕਹੀ ਜਾਂਦੀ ਵੀ ਤੂੰ ਲੈ ਕੇ ਨਾ ਆਇਆ ਮੈਂ ਤਾਂ ਭਾਈ ਹੁਣ ਆਏ ਲੈਦਾ ਭਾਈ ਜਦੋਂ ਤੱਕ ਆਉਣੇ ਖਾਲੀ ਹੱਥ ਹੀ ਆਉਣੇ ਹੋਗੇ ਵੀ ਮੈਂ ਤਾਂ ਆਦੀ ਨਹੀਂ ਵੀ ਕਿਤੇ ਕੋਈ ਚੀਜ਼ ਵਾਸਤੇ ਲੈ ਆਉਂਦੇ ਆ ਮਾਸੀ ਇਹ ਕੋਈ ਗੱਲ ਨਹੀਂ ਅਸੀਂ ਤਾਂ ਸੁੱਖ ਨਾਲ ਬੜਾ ਸਮਾਨ ਲੈ ਕੇ ਆਉਂਦੇ ਸੀਗੇ ਹੁਣ ਦੱਸ ਅਸੀਂ ਕਰੀਏ ਕਿ ਅਸੀਂ ਫਸੇ ਆ ਚਲ ਭਾਈ ਫਸੇ ਤਾਂ ਕੀ ਹੋ ਉਹ ਤੁਹਾਡੀ ਕੁੜੀ ਹੈ ਦੇਖ ਜਮਾਂ ਨਹੀਂ ਆਏ ਮਾੜੀ ਮੋਟੀ ਕਰਦੀ ਵੀ ਮੇਰੀ ਸੱਸ ਮੁੱਕੀ ਹੈਗੀ ਦੇਖੀ ਸੋਹਣੇ ਲੀੜੇ ਪਾਏ ਨੇ ਤੇ ਕਿਵੇਂ ਦੇਖ ਕੇ ਇਸ ਕਲਿਆ ਨਹੀਂ ਫਿਰਦੀ ਹੈਗੀ ਉਹ ਤਾਂ ਮਾਸੀ ਪ੍ਰੋਗਰਾਮ 'ਤੇ ਗਈ ਸੀ ਸਾਡੇ ਰਿਸ਼ਤੇਦਾਰੀ 'ਚ ਨਾ ਪੈਲਸ 'ਚ ਵਿਆਹ ਸੀਗਾ ਉੱਥੇ ਉਹ ਜਾ ਕੇ ਆਈ ਜੇ ਵਿਚਾਰੀ ਅਸੀਂ ਵੀ ਉੱਧਰੋਂ ਆਏ ਸੀਗੇ ਕੀ ਪਤਾ ਭਾਈ ਗਈ ਆ ਕਿਉਂ ਹੀ ਆਖੀ ਜਾਂਦਾ ਭਾਈ ਮੈਂ ਤਾਂ ਕਿਦੋਂ ਆਈ ਹਾਂ ਖੁਰਲੀ 'ਚ ਹੱਥ ਮਾਰੀ ਜਾਂਦੀ ਸੀ ਨੀਰੇ ਨੂੰ ਹਾਂ ਫਿਰ ਮੈਂ ਤਾਂ ਆਪ ਕਹਿੰਦਾ ਵੀ ਕੰਮ ਕਰਦੀ ਇਹੀ ਜੀ ਤਾਂ ਕਿਹੜੀ ਗੱਲ ਹੈ ਉਹ ਨਾਲੇ ਮਾਸੀ ਜਿਹੜੀ ਤੂੰ ਗੱਲਾਂ ਕਰਦੀ ਹੈ ਨਾ ਵੀ ਟੌਰ ਕੱਢੀ ਫਿਰਦੀ ਹੈ ਉਹ ਇਹਨਾਂ ਦੀ ਇੱਕ ਤਾਂ ਮੱਝ ਹੈ ਕਿਹੜਾ ਕੋਈ ਕੰਮ ਹੈ ਵਿਚਾਰੀ ਨੇ ਫਿਰ ਟੌਰ ਹੀ ਕੱਢਣੀ ਹੈ ਹੋਰ ਕੀ ਕਰੇ ਨਾਲੇ ਥੋੜ੍ਹੇ ਮੋਟੇ ਪ੍ਰੋਗਰਾਮ ਛੋਟੇ ਮੋਟੇ ਆਉਂਦੇ ਰਹਿੰਦੇ ਨੇ ਮਾਸੀ ਆਉਂਦੇ ਤਾਂ ਰਹਿੰਦੇ ਨੇ ਭਾਈ ਫਿਰ ਬੰਦਾ ਬੁਰਾ ਲੱਗਦਾ ਗਾ ਚੱਲ ਕੋਈ ਨਹੀਂ ਮਾਸੀ ਮੈਂ ਉਹਨੂੰ ਕਹਿ ਦੂੰਗਾ ਤੇਰੀ ਗੱਲ ਜ਼ਰੂਰ ਮੰਨੂ ਉਹ ਮਾਸੀ ਮੇਰੀ ਗੱਲ ਸੁਣ ਲੈ ਜੇ ਤੂੰ ਨਹੀਂ ਉਹਨੂੰ ਮੇਰੀ ਭੈਣ ਨੂੰ ਕਹੇਗੀ ਹੁਣ ਮੇਰੀ ਕਿਹੜਾ ਮਾਸੀ ਬੈਠੀ ਹੈ ਇੱਥੇ ਤੂੰ ਹੀ ਕਹੇਗੀ ਤੂੰ ਕੋਈ ਚੰਗੀ ਗੱਲ ਹੀ ਕਿਹਨੇ ਮਾੜੀ ਤਾਂ ਨਹੀਂ ਕਹਿੰਦੀ ਕੋਈ ਮੈਂ ਤਾਂ ਭਾਈ ਕਹਿ ਨਹੀਂ ਆਂਗੀ ਮੈਂ ਤਾਂ ਪਹਿਲਾਂ ਵੀ ਉਹਨੂੰ ਕਹਿ ਕੇ ਹਟੀ ਆਂ ਭਾਈ ਮੈਂ ਇੰਨਾ ਤੂੰ ਭਾਈ ਬੁਰੀ ਲੱਗਦੀ ਆਂਗੀ ਚੰਗਾ ਮਾਸੀ ਤੂੰ ਹੁਣ ਐਂ ਕਰੀ ਮੈਂ ਮੇਰੀ ਭੈਣ ਨੂੰ ਨਹੀਂ ਲੈ ਕੇ ਜਾਂਦਾ ਤੂੰ 2-4 ਦਿਨ ਤਾਂ ਲਾ ਕੇ ਜਾਈ ਚਲ ਕੋਈ ਨਾ ਭਾਈ ਲਾ ਦੂੰਗੀ ਨਾਲੇ ਹੁਣ ਮਰੇ ਕਿਹੜਾ ਵਿਚਾਰੇ ਮੁੜਦੇ ਹੁੰਦੇ ਨੇ ਹੋਰ ਭਾਈ ਕਿਹੜਾ ਮੁੱਕ ਜਾਂਦੇ ਨੇ ਉਹ ਤਾਂ ਬਾਗੀ ਛੱਡ ਜਾਂਦੇ ਨੇ ਤੇ ਕੋਈ ਗੱਲ ਨਹੀਂ ਤੇਰਾ ਚਿੱਤ ਲੱਗ ਜਾਊਗਾ 2-4 ਦਿਨ ਤਾਂ ਤੂੰ ਜਮੀ ਲਾ ਕੇ ਜਾਈ ਚੰਗਾ ਮਾਸੀ ਸਤਿ ਸ਼੍ਰੀ ਅਕਾਲ ਚੰਗਾ ਭਾਈ ਚੰਗਾ ਲੈ ਰਾਜਵੀਰ ਦੀ ਗੱਲ ਤਾਂ ਸਹੀ ਸੀਗੀ ਮਾਸੀ ਦਾ ਸਵਾਈ ਵਾਲਾ ਭੜਾ ਤਾਂ ਬਾਲੀ ਮਿਹਣੇ ਮਾਰਦੀ ਸੀਗੀ ਭੈਣੇ ਆ ਜਾ ਮੈਂ ਜਾਣਾ ਹੈਗਾ ਚੰਗਾ ਭੈਣੇ ਚਾਹ ਤਾਂ ਮੈਂ ਪੀ ਲਈ ਬਈ ਆ ਤਾਂ ਖਾ ਲੈਂਦਾ ਹੋਰ ਭੈਣੇ ਮੇਰੀ ਗੱਲ ਸੁਣ ਲੈ ਉਹ ਮਠਿਆਈ ਤਾਂ ਮੈਂ ਖਾ ਤਾਂ ਲਈ ਹਾਂ ਉਹ ਤਾਂ ਤੇਰੀ ਸੱਸ ਨਾਲੋਂ ਵੀ ਭੈੜੀ ਆ ਮਾਸੀ ਤਾਂ ਕਹਿੰਦੀ ਕੋਈ ਮਠਿਆਈ ਨਾ ਲੈ ਕੇ ਆਇਆ ਫਲ ਫਰੂਟ ਨਾ ਲੈ ਕੇ ਆਇਆ ਤੇ ਨਾਲੇ ਤੇਰੀ ਭੈਣ ਤਾਂ ਬਾਲੀ ਟੌਰ ਕੱਢਦੀ ਹੈ ਉਹ ਤਾਂ ਮੱਚੀ ਜਾਂਦੀ ਹੈ ਤੇਰੇ ਤੇ ਨਾ ਤੂੰ ਤਾਂ ਕਹਿ ਮੇਰੀ ਟੌਰ ਤੇ ਭੈਣ ਦੀ ਟੌਰ ਤੇ ਮੱਚਦੀ ਆ ਤੂੰ ਮਠਿਆਈਆਂ ਭਾਲਦੀ ਆ ਤੈਨੂੰ ਬਾਲਾ ਦੁੱਖ ਆਪਦੀ ਭੈਣ ਦਾ ਹਾਂ ਮੈਂ ਕਿਹਾ ਜੇ ਮੈਂ ਮਠਿਆਈ ਲੈ ਆਉਂਦਾ ਫਿਰ ਤੂੰ ਐਂ ਕਹਿੰਦੀ ਵੀ ਮੇਰੀ ਭੈਣ ਦਾ ਤੈਨੂੰ ਦੁੱਖ ਨਹੀਂਗਾ ਤੂੰ ਮਠਿਆਈਆਂ ਚੱਕੀ ਫਿਰਦੇ ਆ ਚਲ ਕੋਈ ਨਹੀਂ ਜਿਹੜੇ 2-4 ਦਿਨ ਰਹੂਗੀ ਠੀਕ ਆ ਫਿਰ ਵਗ ਜੂਗੀ ਫਿਰ ਇਹਨੂੰ ਕਿਹਨੇ ਪੁੱਛਣਾਗਾ ਮੈਂ ਤਾਂ ਭੈਣੇ ਐਂ ਵੀ ਕਿਹਾ ਸੀਗਾ ਵੀ ਤੂੰ 2-4 ਦਿਨ ਆਈ ਆ ਮਸੀ ਮੇਰੀ ਮੈਂ ਭੈਣ ਨੂੰ ਲੈ ਜਾ ਕਹਿੰਦੀ ਨਾ ਨਾ ਭਾਈ ਮੇਰੀ ਭੈਣ ਮੇਰਾ ਤਾਂ ਮੇਰਾ ਚਿੱਤੀ ਨਹੀਂ ਲੱਗਦਾ ਅੱਛਾ ਇਹ ਤਾਂ ਬੁੜੀ ਸੱਪ ਖਾਣੀ ਹੈ ਬਾਲੀ ਭੈੜੀ ਹੈਗੀ ਭੈੜੀ ਤਾਂ ਹੈਗੀ ਆ ਹਾਂ ਨਾ ਹੋਰ ਤਾਂ ਨਹੀਂ ਕੁਝ ਕਿਹਾ ਤੈਨੂੰ ਹੋਰ ਤਾਂ ਉਹਦਾ ਜੇ ਮੈਂ ਬੋਲੀ ਜਾਂਦਾ ਉਹ ਬੋਲੀ ਜਾਂਦੀ ਮੈਂ ਢਲਖ ਜੀ ਬੋਚ ਕੇ ਮੈਂ ਬੁੜੀ ਨਾ ਕਾਨੂੰ ਵਾਲਾ ਬੋਲਣਾ ਹੈਗਾ ਹਾਂ ਇਹ ਤਾਂ ਹੈ ਬਈ ਉਹੀ ਗੱਲ ਇਹਨਾਂ ਦੀ ਤਾਂ ਉਮਰ ਹੋਈ ਪਈ ਆ ਪਹਿਲਾਂ ਉਹ ਚੜ ਗਈ ਵਰਨਾ ਤੇ ਹੁਣ ਇਹ ਚੜ ਜੂਗੀ ਹਾਂ ਤੇ ਕਹਿੰਦੀ ਨਾਲੇ ਮੇਰੀ ਭੈਣ ਤਾਂ ਤੁਸੀਂ ਮਾਰੀ ਹੈ ਤੇ ਤੁਸੀਂ ਪਰੋਣੇ ਨੂੰ ਫੋਨ ਕਰਤਾ ਉਹਨਾਂ ਨੇ ਵੱਡੀ ਗੱਡੀ ਮੰਗ ਲਈ ਉਹਨੂੰ ਸਦਮਾ ਹੋ ਗਿਆ ਸਦਮੇ 'ਚ ਮਰ ਗਈ ਉਹ ਨਾ ਅਸੀਂ ਤਾਂ ਮਰੇ ਨਹੀਂ ਸਾਨੂੰ ਤਾਂ ਅੱਜ ਤੱਕ ਕਹੇ ਇੰਨੇ ਸਦਮੇ ਦਿੱਤੇ ਆ ਨੇ ਉਹ ਇੱਕ ਸਦਮੇ ਨਾਲ ਹੀ ਮਰ ਗਈ ਉਹ ਮਹਾ ਉਹ ਤਾਂ ਇੱਕ ਵੀ ਨਹੀਂ ਚੱਲਿਆ ਗਿਆ ਸਾਨੂੰ ਰੋਜ਼ ਹੀ ਸਦਮੇ ਦਿੰਦੀ ਸੀਗੀ ਆਹੋ ਚਲ ਕੋਈ ਨਹੀਂ ਬਈ ਐਵੇਂ ਨਾ ਟੈਨਸ਼ਨ ਲਿਆ ਕਰ ਚੰਗਾ ਭੈਣੇ ਮੈਂ ਉਹ ਬੋਲ ਕੇ ਬੈਗੀ ਹੁਣ ਇਹ ਬੋਲ ਕੇ ਮਾੜਾ ਯਾ ਤੂੰ ਨਾ ਸੰਭਲ ਕੇ ਰਿਹਾ ਕਰ ਇਹ ਤਾਂ ਬਾਲੀ ਭੈੜੀ ਬੁੜੀ ਹੈ ਤੇ ਮੈਂ ਤਾਂ ਜਾਣਾ ਭੈਣੇ ਮੋਟਰਸਾਈਕਲ ਤਾਂ ਮੈਂ ਪਰੀ ਖੜਾਇਆ ਸਾਰੀ ਗਲੀ ਤੂੰ ਵਗ ਜਾ ਆ ਛੋਟੀਆਂ ਸਾਰੀਆਂ ਗਲੀਆਂ ਟੁੱਟੀਆਂ ਪਈਆਂ ਲੋਕਾਂ ਦੇ
ਇਹ ਤਾਂ ਅਗਲੇ ਜਨਮ ਚ ਹੀ ਹੋਊਗੀ ਹੁਣ ਭੈਣੇ ਸੱਚਮੁੱਚ ਹੀ ਤੁਹਾਡੇ ਪਿੰਡ ਦੀਆਂ ਤਾਂ ਗਲੀਆਂ ਅਗਲੇ ਜਨਮ ਚ ਪੱਕੀਆਂ ਹੋਣਗੀਆਂ ਕੋਈ ਨਹੀਂ ਬਣਾਉਂਦਾ ਹੈਗਾ ਇੱਥੇ ਗਲੀਆਂ ਗੁਲੀਆਂ ਸਭ ਉਹੀ ਗੱਲ ਤੈਨੂੰ ਪਤਾ ਆਪੋ ਆਪਦੀ ਕਰਦੇ ਨੇਗੇ ਹਾਂ ਚੱਲ ਚੰਗਾ ਭੈਣੇ ਆਪਾਂ ਇਹਨਾਂ ਕੋਲ ਤੋਂ ਕੀ ਲੈਣਾ ਛੱਡ ਪਰੇ ਗੱਲਾਂ ਲੈਣਾ ਆਪਣੇ ਘਰੇ ਇੰਟਰਲੌਕ ਲੱਗੀ ਚੰਗਾ ਭੈਣੇ ਜਦੋਂ ਕਦੇ ਟਾਈਮ ਲੱਗਿਆ ਨਾ ਤੂੰ ਸਾਨੂੰ ਮਿਲਿਆਈ ਚੰਗਾ ਚੰਗਾ ਬਈ ਲੈ ਬਾਈ ਨੂੰ ਵੀ ਪਤਾ ਲੱਗ ਗਿਆ ਦੇਖ ਲੈ ਮਾਸੀ ਦੀ ਕਰਤੂਤ ਦਾ ਮੈਂ ਪੁੱਛਦੀ ਆ ਮਾਸੀ ਨੂੰ ਸਮਾਰ ਕੇ ਇਹੋ ਜਿਹਾ ਕੀ ਕਹਿਤਾ ਬਾਈ ਨੂੰ ਮੈਨੂੰ ਤਾਂ ਚੱਲ ਬੋਲੀ ਜਾਂਦੀ ਸੀ ਬੋਲੀ ਜਾਂਦੀ ਲੈ ਮੇਰੇ ਭਰਾ ਨਾਲ ਤਾਂ ਪਿਆਰ ਨਾਲ ਗੱਲ ਕਰ ਲੈਂਦੀ ਕੁੜੇ ਰਾਜਵੀਰ ਉਰੇ ਆ ਮਾਸੀ देख लू गड्डी चल कोई नी मासी ऊ मगा लूंगी मैं तेरा गेड़ा जकड़ा लेऊंगी इधर मानसा मनी ना भाई गेड़ा नहीं मेरी भांते बेचारी चल मुक गई तरस दी गड्डी नू ते हुण भाई चल मैं ता फिर चढ़ के देखूंगी भाई गड्डी छड़ के जान भाई फोन करी आ उहदे पेक्यां नू मूं मैं मर जां हुण तैनू गड्डी चाहीदी है मासी हां भाई चाहीदी है गड्डी मेरी भां मुक गई कोई ना फिर की कर लेगी ते गड्डी ता मंगावांगे चल कोई नी मासी तू इत्थे बैठ जा कोई ना इत्थे भाई मैं ता ਇਹਨੂੰ ਤਾਂ ਆਏ ਸੀ ਵੀ ਮੇਰੀ ਤਾਂ ਸੱਸ ਤਾਂ ਮੁੱਕ ਗਈ ਹੁਣ ਮੈਥੋਂ ਗੱਡੀ ਕੌਣ ਮੰਗਾਊਗਾ ਕੋਈ ਨਾ ਫਿਰ ਜੇ ਤੇਰੀ ਸੱਸ ਮੁੱਕ ਗਈ ਮੈਂ ਤਾਂ ਹੈਗੀ ਹੈ ਮੈਂ ਤਾਂ ਗੱਡੀ ਮੰਗਾਊਂਗੀ ਹੁਣ ਦੇਖੀ ਸਹੀ ਆਪੇ ਮੰਗਾਊਗੀ ਵੱਖਰੀ ਸੋਚਣ ਲਈ ਟੀਮ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੋ ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਹੈ ਤੁਹਾਨੂੰ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੱਖਰੀ ਸੋਚ ਚੈਨਲ 'ਤੇ ਜਿਨ੍ਹਾਂ ਵੀਰਾਂ ਅਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਹੈ ਅਸੀਂ ਨਾਮ ਬੋਲਣ ਜਾ ਰਹੇ ਹਾਂ ਆਇਸ਼ਾ ਭੁੱਲਰ ਮਾਇਸ਼ਾ ਭੁੱਲਰ ਜੁਗਰਾਜ ਭੁੱਲਰ ਰੇਖਾ ਸ਼ਰਮਾ ਧਰੁਵਿਕਾ ਸ਼ਰਮਾ ਨੈਤ ਸ਼ਰਮਾ ਸਤਪਾਲ ਸ਼ਰਮਾ ਅਲੀ ਸੇਰ ਸੰਗਰੂਰ ਬਲਜਿੰਦਰ ਕੌਰ ਲੁਧਿਆਣਾ ਹੈਪੀ ਜੋਸ਼ੀ ਬਲਵਿੰਦਰ ਸਿੰਘ ਚਾਨਾ ਵੀਰਪਾਲ ਕੌਰ ਚਾਨਾ ਰਾਮਗੜੀਆ ਰਤੀਆ ਹਰਿਆਣਾ ਫਕੀਰ ਚੰਦ ਸ਼ਰਮਾ ਭਾਗਸਰ ਸਤਪਾਲ ਸਿੰਘ ਪਟਿਆਲਾ ਐਸ ਪੀ ਖੋਸਾ ਹਨੂਮਾਨਗੜ੍ਹ ਰਾਜਸਥਾਨ ਬੌਬੀ ਰਾਜਾ ਹਾਂਗਕਾਂਗ ਡਾਕਟਰ ਰਣਜੀਤ ਸਿੰਘ ਖੰਗੂੜਾ ਲਤਾਲਾ ਲੁਧਿਆਣਾ ਕੈਲਗਰੀ ਕੈਨੇਡਾ ਅਮਰ ਸਿੰਘ ਪਟਿਆਲਾ ਸਿਮਰਨਪ੍ਰੀਤ ਕੌਰ ਫੱਲੇਵਾਲ ਨਵੀ ਭੁੱਲਰ ਕੁਲਦੀਪ ਕੁਮਾਰ ਧਰਮਿੰਦਰ ਸਿੰਘ ਜੈਤੋ ਫਰੀਦਕੋਟ ਪਰਮਜੀਤ ਕੌਰ ਪਿੰਡ ਪਿੰਗਲ ਜਪਨੂਰ ਗੀਤਾ ਰਾਣੀ ਲੁਧਿਆਣਾ ਜੱਸੀ ਅਮਰੀਕਾ ਸ਼ਿਮਲਾਪੁਰੀ ਲੁਧਿਆਣਾ ਗੁਰਦੇਵ ਮਾਨਸਾ ਗੋਬਿੰਦ ਰਾਏ ਪ੍ਰਭ ਚਾਹਲ ਜਸਵੀਰ ਕੌਰ ਰਾਏਪੁਰ ਮਾਖਾ ਬਠਿੰਡਾ ਹਰਨੇਕ ਸਿੰਘ ਘਤੌੜਾ ਜਸਵੰਤ ਸਿੰਘ ਬਹਾਦਰਪੁਰ ਸੁਖਵਿੰਦਰ ਕੌਰ ਬਿਸ਼ਵਜੀਤ ਸਿੰਘ ਪਵਨਪ੍ਰੀਤ ਕੌਰ ਜੁਗਦੇਵ ਭੁੰਦੜ ਚੰਡੀਗੜ੍ਹ ਜਿਨ੍ਹਾਂ ਵੀਰਾਂ ਅਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਹੈ ਕਮੈਂਟ ਕਰਨ ਲਈ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੀਰਾਂ ਅਤੇ ਭੈਣਾਂ ਦੇ ਨਾਮ ਬੋਲਣ ਵੀ ਨਹੀਂ ਰਹਿ ਗਏ ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ ਸਾਨੂੰ ਕਮੈਂਟ ਕਰਨ ਲਈ ਸਾਨੂੰ ਸੁਝਾਓ ਦੇਣ ਲਈ ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ